ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਤੁਹਾਡਾ ਵੀਕਐਂਡ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਇਸ ਸ਼ੋਅ ਨੂੰ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਇਲਾਵਾ ਕੈਨੇਡਾ 'ਚ ਚੈਨਲ ਪੰਜਾਬੀ ਦੇ ਦਰਸ਼ਕ ਵੀ ਦੇਖ ਰਹੇ ਨੇ। ਅੱਜ ਆਪਾਂ ਇੱਕ ਵਾਰ ਫਿਰ ਗੱਲ ਕਰਾਂਗੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ, ਜੋ ਕਾਂਗਰਸ ਵਾਂਗ ਧੜੇਬਾਜ਼ੀ 'ਚ ਵੰਡੀ ਜਾ ਰਹੀ ਹੈ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਕੀ ਆਪ ਆਮ ਆਦਮੀ ਪਾਰਟੀ ਸੱਤਾ ਦੀ, ਪੰਜਾਬ 'ਚ ਸੱਤਾ ਦੀ ਦਾਅਵੇਦਾਰ ਹੋ ਸਕੇਗੀ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ, ਸਾਰਿਆਂ ਨਾਲ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਨਵੇਂ ਜੁੜੇ ਦਰਸ਼ਕਾਂ ਲਈ, ਖਾਸ ਕਰਕੇ ਕੈਨੇਡਾ ਦੇ ਵਿੱਚ ਜਿਹੜੇ ਦਰਸ਼ਕ ਨੇ, ਉਹਨਾਂ ਨੂੰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਪਰ ਕੈਨੇਡਾ ਦੇ ਕੁਝ ਹਿੱਸਿਆਂ 'ਚ, ਖਾਸ ਕਰਕੇ ਵੈਨਕੂਵਰ ਦੇ ਇਲਾਕੇ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਇਲਾਕੇ ਦੇ ਵਿੱਚ, ਇਸ ਸ਼ੋਅ ਨੂੰ ਸਾਡੇ ਦਰਸ਼ਕ ਹਾਲੀ ਲਾਈਵ ਨਹੀਂ ਦੇਖ ਸਕਦੇ, ਕਿਉਂਕਿ ਉਹ ਲਾਈਵ ਨਹੀਂ ਦੇਖ ਸਕਦੇ, ਇਹਦੇ 'ਚ ਹਿੱਸਾ ਨਹੀਂ ਲੈ ਸਕਦੇ, ਇਹਦੇ ਸਵਾਲ ਜਵਾਬ ਨਹੀਂ ਕਰ ਸਕਦੇ। ਪਰ ਇਹਦੇ ਥੋੜ੍ਹੇ ਦਿਨਾਂ ਦੀ ਗੱਲ ਹੀ ਆ, ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਆ ਕਿ ਉੱਥੇ ਵੀ ਲੋਕ ਜਿਹੜੇ ਦਰਸ਼ਕ ਹੈ ਸਾਡੇ ਸ਼ਰੋਤੇ ਨੇ, ਉਹ ਇਹਨੂੰ ਲਾਈਵ ਦੇਖ ਸਕਣ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ, ਤੁਸੀਂ ਸਾਰੇ ਹੀ ਦਰਸ਼ਕ ਪੁਰਾਣੀ ਰਿਕਾਰਡਿੰਗ ਜਿਹੜੀ ਜੀ ਸੁਣ ਸਕਦੇ ਜੇ। ਪੁਰਾਣੇ ਸ਼ੋਅ ਜਿਹੜੇ ਨੇ ਉਹ ਯੂਟਿਊਬ 'ਤੇ ਉਪਲਬਧ ਨੇ। ਹੁਣ ਅੱਜ ਦਾ ਮਸਲਾ, ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਨੇੜੇ ਬਾਬਾ ਬਕਾਲਾ 'ਚ ਰੱਖੜ ਪੁੰਨਿਆਂ ਦਾ ਇੱਕ ਇਤਿਹਾਸਿਕ ਮੇਲਾ ਹਰ ਸਾਲ ਲੱਗਦਾ। ਕਈ ਧੜੇ 'ਚੋਂ ਬਹੁਤ ਸਾਰੇ ਸੱਜਣ ਜਦੋਂ ਇੱਥੇ ਇੰਡੀਆ 'ਚ ਰਹਿੰਦੇ ਹੋਣਗੇ, ਪੰਜਾਬ 'ਚ ਰਹਿੰਦੇ ਹੋਣਗੇ, ਉੱਥੇ ਇਸ ਮੇਲੇ 'ਚ ਗਏ ਵੀ ਹੋਣਗੇ, ਖਾਸ ਕਰਕੇ ਜਿਹੜੇ ਮਾਝੇ ਦੇ ਲੋਕ ਨੇ। ਇਸ ਮੇਲੇ 'ਚ ਹਜ਼ਾਰਾਂ ਦੀ ਤਾਦਾਦ 'ਚ, ਉਹ ਸਾਰੇ ਇਲਾਕੇ ਦੇ ਲੋਕ, ਬੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹ ਹੁੰਮ ਹੁਮਾ ਕੇ ਉੱਥੇ ਪਹੁੰਚਦੇ ਆ। ਔਰ ਤੁਹਾਨੂੰ ਪਤਾ ਹੀ ਆ ਕਿ ਉੱਥੇ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਨੇ। ਰੱਖੜ ਪੁੰਨਿਆ ਅਤੇ ਬਾਬਾ ਬਕਾਲਾ, ਉਸ ਇਲਾਕੇ ਦੇ ਪੰਜਾਬ ਦੇ ਲੋਕ ਸਿੱਖ ਮੰਨਦੇ ਨੇ ਕਿ ਇਹ ਸੱਚ ਅਤੇ ਝੂਠ ਦਾ ਪ੍ਰਤੀਕ ਹੈ। 350 ਸਾਲ ਪਹਿਲਾਂ ਜਿਸ ਵੇਲੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਸਨ, ਤਾਂ ਅਗਲੇ ਗੁਰੂ ਵਾਸਤੇ ਜਿਹੜੇ ਲੋਕ ਸਨ ਉਹ ਦੁਵਿਧਾ 'ਚ ਸਨ। ਦੁਵਿਧਾ 'ਚ ਇਸ ਕਰਕੇ ਸਨ ਕਿਉਂਕਿ ਗੱਦੀ ਵਾਸਤੇ ਬਹੁਤ ਸਾਰੇ ਦਾਅਵੇਦਾਰ ਜਿਹੜੇ ਸੀ ਉਹ ਸਾਹਮਣੇ ਆ ਗਏ ਸੀ। ਇਹ ਇਸ ਪਵਿੱਤਰ ਧਰਤੀ ਦੇ ਸੱਚ ਦਾ ਪ੍ਰਤੀਕ ਹੋਇਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਬਤੌਰ 9ਵੇਂ ਪਾਤਸ਼ਾਹ ਗੱਦੀ 'ਤੇ ਬਿਰਾਜਮਾਨ ਹੋਏ ਸਨ। ਪਰ ਇਸ ਰੱਖੜ ਪੁੰਨਿਆ ਦੇ ਮੇਲੇ 'ਤੇ ਇੰਝ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ 'ਚ ਸੰਕਟ ਹੋਰ ਗਹਿਰਾ ਹੋ ਗਿਆ। ਬਾਕੀ ਪਾਰਟੀਆਂ ਵਾਂਗੂ ਆਮ ਆਦਮੀ ਪਾਰਟੀ ਨੇ ਵੀ ਇੱਥੇ ਇੱਕ ਸਿਆਸੀ ਕਾਨਫਰੰਸ ਸ਼ਨੀਵਾਰ ਨੂੰ ਆਯੋਜਿਤ ਕੀਤੀ ਸੀ। ਇਸ ਕਾਨਫਰੰਸ 'ਚ ਹਿੱਸਾ ਲੈਣ ਆਏ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਆ ਸੰਜੇ ਸਿੰਘ, ਉਹ ਇੱਥੇ ਆਏ ਸਨ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੁੱਚਾ ਸਿੰਘ ਛੋਟੇਪੁਰ, ਜੋ ਪੰਜਾਬ ਦੇ ਕਨਵੀਨਰ ਸਨ, ਇਹ ਸਾਰੇ ਜਿਹੜੇ ਆ ਇਹ ਇੱਕ ਸਟੇਜ 'ਤੇ ਸਨ। ਥੋੜ੍ਹੀ ਦੂਰ ਉੱਥੋਂ ਇੱਕ ਬਰਾਬਰ ਦੀ, ਇੱਕ ਪੈਰਲਲ ਕਾਨਫਰੰਸ 'ਚ ਹਿੱਸਾ ਲੈਣ ਵਾਸਤੇ ਆਏ ਡਾਕਟਰ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ। ਇਹ ਦੋਵੇਂ ਪਾਰਲੀਮੈਂਟ ਨੇ, ਹਰਿੰਦਰ ਸਿੰਘ ਖਾਲਸਾ ਵੀ ਅਤੇ ਧਰਮਵੀਰ ਗਾਂਧੀ ਵੀ। ਬਾਕੀ ਲੀਡਰਾਂ ਤੋਂ ਇਲਾਵਾ ਜਾਣੇ ਮਾਣੇ ਆਰਟਿਸਟ ਰੱਬੀ ਸ਼ੇਰਗਿੱਲ ਜਿਹੜੇ ਆ ਉਹਨਾਂ ਨੇ ਵੀ ਇਸ ਕਾਨਫਰੰਸ ਦੇ ਵਿੱਚ ਹਿੱਸਾ ਲਿਆ, ਇਸ ਸਟੇਜ 'ਤੇ ਹਿੱਸਾ ਲਿਆ। ਡਾਕਟਰ ਧਰਮਵੀਰ ਗਾਂਧੀ ਹੋਣਾਂ ਦੀ ਵਾਲੀ ਸਟੇਜ ਦੇ ਉੱਤੇ, ਹਰਿੰਦਰ ਸਿੰਘ ਖਾਲਸਾ ਹੋਣੀ ਸਟੇਜ ਦੇ ਉੱਤੇ, ਰੱਬੀ ਸ਼ੇਰਗਿੱਲ ਵੀ ਪਹੁੰਚੇ ਸਨ। ਇਸ ਪੈਰਲਲ ਕਾਨਫਰੰਸ ਕਰਕੇ ਦੋਵੇਂ ਲੀਡਰਾਂ ਨੂੰ, ਯਾਨੀ ਧਰਮਵੀਰ ਗਾਂਧੀ ਨੂੰ ਅਤੇ ਖਾਲਸਾ ਨੂੰ, ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ। ਦੋਵੇਂ ਤਰ੍ਹਾਂ, ਯਾਨੀ ਇੱਕ ਪਾਸੇ ਸੁੱਚਾ ਸਿੰਘ ਛੋਟੇਪੁਰ ਅਤੇ ਦੂਜੇ ਪਾਸੇ ਡਾਕਟਰ ਗਾਂਧੀ ਨੇ ਇੱਕ ਦੂਜੇ ਖਿਲਾਫ਼ ਬੜੇ ਸਖ਼ਤ ਬਿਆਨ ਪਿਛਲੇ 2 ਦਿਨਾਂ 'ਚ ਦਿੱਤੇ ਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 3-4 ਲੀਡਰਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਹਨਾਂ 'ਚ ਭਾਈ ਬਲਦੀਪ ਸਿੰਘ,
ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੀ ਸੀ, ਡਾਕਟਰ ਦਲਜੀਤ ਸਿੰਘ ਜਿਨ੍ਹਾਂ ਅੰਮ੍ਰਿਤਸਰ ਤੋਂ ਇਲੈਕਸ਼ਨ ਜਿੱਤੀ ਸੀ, ਜੋਤੀ ਮਾਨ ਉਹਨਾਂ ਵੀ ਪਿਛਲੀ 2014 ਦੀ ਇਲੈਕਸ਼ਨ ਲੜੀ ਸੀ, ਇਹ ਸਾਰੇ ਹਾਰ ਗਏ ਸਨ, ਇਹ ਵੀ ਉੱਥੇ ਸ਼ਾਮਿਲ ਸਨ। ਇਹ ਉਹ ਲੀਡਰ ਨੇ ਜਿਨ੍ਹਾਂ ਨੇ 2014 ਜਿਹੜੀਆਂ ਵਾ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ ਪਰ ਕਾਮਯਾਬ ਉਹ ਨਹੀਂ ਹੋਏ ਸਨ। ਕੁਝ ਹੋਰ ਲੀਡਰ ਜਿਵੇਂ ਕਿ ਸੁਮੇਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਉਹ ਚੋਣਾਂ ਨਹੀਂ ਲੜੀਆਂ ਸਨ, ਉਹਨਾਂ ਨੂੰ ਵੀ ਪਾਰਟੀ ਤੋਂ ਦੂਰ ਕਰ ਦਿੱਤਾ ਗਿਆ ਵਾ। 2014 ਦੀਆਂ ਚੋਣਾਂ ਤੋਂ ਬਾਅਦ ਆਮ ਕਿਹਾ ਜਾਂਦਾ ਸੀ ਕਿ ਅਕਾਲੀ ਭਾਜਪਾ ਨੂੰ 2017 ਦੀਆਂ ਚੋਣਾਂ 'ਚ ਜੇ ਕੋਈ ਟੱਕਰ ਦੇ ਸਕਦਾ ਵਾ, ਅਕਾਲੀ ਭਾਜਪਾ ਦੀ ਮੁੱਖ ਚੁਣੌਤੀ ਜਿਹੜੀ ਆ ਉਹ ਕਾਂਗਰਸ ਨਹੀਂ ਆਮ ਆਦਮੀ ਪਾਰਟੀ ਯਾਨੀ ਆਪ ਹੋਵੇਗੀ। ਕੀ ਪਾਰਟੀ ਦੇ ਦੋ ਫਾੜ ਹੋਣ ਨਾਲ, ਹੁਣ ਲੱਗਦਾ ਵਾ ਵੀ ਦੋ ਫਾੜ ਹੋ ਹੀ ਲੱਗਦੀ ਹੈ, ਦੋ ਫਾੜ ਹੋਣ ਨਾਲ ਪਾਰਟੀ ਸੱਤਾ ਦੀ ਦਾਅਵੇਦਾਰ ਹਾਲੀ ਵੀ ਹੋ ਸਕਦੀ ਹੈ, ਕੀ ਕਮਜ਼ੋਰ ਵਿਰੋਧੀ ਧਿਰ ਅਕਾਲੀ ਭਾਜਪਾ ਵਾਸਤੇ ਫਾਇਦੇਮੰਦ ਸਾਬਤ ਹੋਣਗੇ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਾਂਗੇ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਿਆ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਹਾਂਜੀ, ਹਾਂ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਜੀ, ਅਨੁਰਾਗ ਗੌਤਮ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਤੋਂ ਕੌਣ ਬੋਲ ਰਹੇ ਜੀ? ਅਨੁਰਾਗ ਗੌਤਮ ਜੀ। ਹਾਂਜੀ ਹਾਂਜੀ ਅਨੁਰਾਗ ਗੌਤਮ ਜੀ, ਤੁਹਾਡੀ ਮੈਨੂੰ ਈਮੇਲ ਵੀ ਮਿਲੀ ਆ, ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਸਰ, ਸਾਡਾ ਵਿਚਾਰ ਤੇ ਹੈ ਕਿ ਅਨੁਰਾਗ, ਮੇਰੇ ਖਿਆਲ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਜੀ, ਸੋ ਦੱਸੋਗੇ ਕਿ ਪੰਜਾਬ ਚੋਂ ਕਿੱਥੋਂ ਗਏ ਤੁਸੀਂ? ਜੀ ਮੈਂ ਜ਼ਿਲ੍ਹਾ ਮੋਹਾਲੀ ਤੋਂ ਜੀ। ਜ਼ਿਲ੍ਹਾ ਮੋਹਾਲੀ। ਓਕੇ, ਆਲਰਾਈਟ। ਔਰ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਕੈਲੀਫੋਰਨੀਆ 'ਚ? ਮੈਨੂੰ ਜੀ ਤਕਰੀਬਨ 3 ਸਾਲ ਹੋ ਗਏ ਜੀ ਇੱਥੇ। ਅੱਛਾ, ਓਕੇ। ਮੇਰੇ ਖਿਆਲ ਤੁਸੀਂ ਕਿਉਂਕਿ ਕੈਲੀਫੋਰਨੀਆ 'ਚ ਰਹਿੰਦੇ ਜੇ, ਮੇਰੇ ਖਿਆਲ ਉਮਰ ਤੋਂ ਵੀ ਛੋਟੇ ਲੱਗਦੇ, ਮੇਰੇ ਖਿਆਲ ਤੁਸੀਂ IT ਦੇ ਮਾਹਰ ਲੱਗਦੇ ਜੇ। ਜੀ ਓਕੇ ਸਰ, ਓਕੇ ਅਨੁਰਾਗ, ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ ਸਰ, ਸਰ ਜਿਹੜਾ ਇਹ ਇਹਨਾਂ ਦੀ ਦੋ ਫੜ ਹੋਈ ਹੈ, ਇਹ ਤਾਂ ਦਿਸਦਾ ਸੀ ਪਿਛਲੇ 6-7 ਮਹੀਨੇ ਤੋਂ ਜੋ ਹੋ ਰਿਹਾ ਸੀਗਾ, ਇਹ ਤਾਂ ਸ਼ੋਰ ਸੀ ਇਹਨਾਂ ਦੀ ਆਪਸ 'ਚ ਦੋ ਫੜ ਹੋਣੀ ਹੋਣੀ ਹੈ। ਹੁਣ ਅੱਗੇ ਵਾਲੀ ਗੱਲ ਹੈ ਕਿ ਅੱਗੇ ਹੋਏਗਾ ਕੀ ਜੀ? ਅੱਗੇ ਅਸਲ ਦੇ ਵਿੱਚ ਇਸ ਵੇਲੇ ਲੱਗਦਾ ਹੈ ਕਿ ਜਿਹੜਾ ਵਿਰੋਧੀ ਧੜ ਹੈ ਇਹ ਜ਼ਿਆਦਾ ਭਾਰੀ ਹੈ, ਪਰ ਇਸ 'ਚ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਵੇਲੇ ਲਾਸਟ ਇਲੈਕਸ਼ਨ ਹੋਏ ਉਸ ਵੇਲੇ ਜਿੰਨੇ ਬੰਦੇ ਮੈਂਬਰ ਜੋ ਕੁਛ ਵੀ ਬਣਿਆ ਜੀ, ਉਹ ਸਾਰੇ ਲੋਕ ਯੋਗਿੰਦਰ ਯਾਦਵ ਇਹਨਾਂ ਦੇ ਚੁਣੇ ਹੋਏ ਬੰਦੇ ਸੀ। ਓਕੇ, ਜਿੰਨੀ ਪਾਰਟੀ ਦਾ ਕੈਡਰ ਜੋ ਕੁਛ ਬਣਾਇਆ ਇਹਨਾਂ ਨੇ। ਓਕੇ, ਤੇ ਹੁਣ ਪਿਛਲੇ 6-7 ਮਹੀਨੇ ਜਿਹੜੀ ਕਹਾਣੀ ਚੱਲ ਰਹੀ ਸੀਗੀ ਜੀ, ਦੁਰਗੇਸ਼ ਪਾਠਕ ਆਏ, ਸੰਜੇ ਸਿੰਘ ਆਏ, ਇਹਨਾਂ ਲੋਕਾਂ ਨੂੰ ਪਹਿਲਾਂ ਇਸ ਚੀਜ਼ ਦਾ ਆਈਡੀਆ ਸੀ ਕਿ ਇਹ ਹੋਣ ਵਾਲਾ। ਓਕੇ, ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅੱਗੇ ਲੋਕੀ ਕੀ ਕਰਨਗੇ। ਓਕੇ, ਨੋ ਡਾਊਟ ਇਸ ਚੀਜ਼ ਦਾ ਇਫੈਕਟ ਪਏਗਾ, ਰਾਈਟ, ਪਰ ਕਿੰਨਾ ਇਫੈਕਟ ਪਏਗਾ ਇਹ ਅਗਲੇ 1 ਸਾਲ ਦੇ ਵਿੱਚ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ ਉਸ 'ਤੇ ਡਿਪੈਂਡ ਕਰਦਾ, ਅਤੇ ਦੂਸਰੀ ਗੱਲ ਇਸ ਚੀਜ਼ 'ਤੇ ਡਿਪੈਂਡ ਕਰਦਾ ਕਿ ਆਮ ਆਦਮੀ ਪਾਰਟੀ ਕਿਸ ਬੰਦੇ ਨੂੰ ਪ੍ਰੋਜੈਕਟ ਕਰਦੀ ਹੈ। ਜੇਕਰ ਕੋਈ ਅੱਛੇ ਬੰਦੇ ਨੂੰ ਪ੍ਰੋਜੈਕਟ ਕਰ ਦਿੰਦੀ ਹੈ, ਜਿਵੇਂ ਸਪੋਜ਼ ਕਰੋ ਅਰਵਿੰਦ ਕੇਜਰੀਵਾਲ ਹੀ ਖੜੇ ਹੋ ਜਾਂਦੇ ਹੈ ਜੀ, ਤਾਂ ਇਹਨਾਂ ਦਾ ਜਿਹੜਾ ਇਫੈਕਟ ਨਲ ਐਂਡ ਵਾਇਡ ਹੋ ਜਾਏਗਾ। ਨੋ ਡਾਊਟ ਜਿਹੜਾ ਇਲਾਕਾ ਪਟਿਆਲੇ ਦਾ ਇਲਾਕਾ ਜਿਹੜਾ ਧਰਮਵੀਰ ਗਾਂਧੀ ਹੈ ਉਹਨਾਂ ਚੰਗਾ ਕੰਮ ਕੀਤਾ, ਉਹ ਪਾਰਟੀ ਨੂੰ ਸੈੱਟ ਪਾਉਣਗੇ, ਰਾਈਟ, ਪਰ ਕਿੰਨੀ ਸੈੱਟ ਪਾਉਣਗੇ ਇਹਦੇ ਬਾਰੇ ਮੇਰੇ ਖਿਆਲ ਦਾ ਜਵਾਬ ਜਿਹੜਾ ਤਾਂ ਫਿਊਚਰ 'ਚ ਹੀ ਹੈ। ਹਾਲੇ ਤਾਂ ਆਪਾਂ ਸਿਰਫ ਟੁੱਕਾ ਹੀ ਮਾਰ ਸਕਦੇ ਕੀ ਹੋਏਗਾ ਕੀ ਨਹੀਂ। ਅਨੁਰਾਗ ਇਹ ਦੱਸੋ, ਕਿਉਂਕਿ ਐਂ ਲੱਗ ਰਿਹਾ ਵੀ ਤੁਸੀਂ ਕਾਫੀ ਕਲੋਜ਼ਲੀ ਫੋਲੋ ਕਰ ਰਹੇ ਜੇ ਆਮ ਆਦਮੀ ਪਾਰਟੀ ਦੀਆਂ ਔਰ ਪੰਜਾਬ ਦੀਆਂ ਡਿਵੈਲਪਮੈਂਟਸ ਨੂੰ, ਜੇ ਪਾਰਟੀ ਦੋ ਧੜਿਆਂ 'ਚ ਚੋਣਾਂ ਤੱਕ ਔਰ ਚੋਣਾਂ ਦੌਰਾਨ ਵੀ ਵੰਡੀ ਰਹਿੰਦੀ ਹੈ, ਤਾਂ ਫਿਰ ਆਮ ਆਦਮੀ ਪਾਰਟੀ ਦੇ ਕੋਈ ਪੰਜਾਬ ਜਿੱਤਣ ਦੇ ਚਾਂਸਿਸ ਹਨ? ਪੰਜਾਬ ਜਿੱਤਣ ਦੇ ਚਾਂਸ ਹੈ ਜੀ, ਬਿਲਕੁਲ ਹੈ। ਉਹ ਤਾਂ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਆਮ ਆਦਮੀ ਪਾਰਟੀ ਆਲਰੇਡੀ ਦਿੱਲੀ 'ਚ ਰੂਲਿੰਗ ਹੈ। ਨਹੀਂ, ਜੇ ਦੋ ਧੜਿਆਂ 'ਚ ਵੰਡੀ ਰਹੀ ਫਿਰ ਵੀ ਜਿੱਤ ਸਕਦੇ ਇੱਥੇ? ਫਿਰ ਵੀ ਜਿੱਤ ਸਕਦੇ ਹਾਂ ਜੀ, ਫਿਰ ਵੀ ਜਿੱਤ ਸਕਦੇ। ਉਹ ਤਾਂ ਜਿੱਤਣ ਦੇ ਪਿੱਛੇ ਰੀਜ਼ਨ ਇਹ ਹੈ ਜੀ ਕਿ ਜਿਹੜੇ ਓਪੋਨੈਂਟ ਹੈ ਕਾਂਗਰਸ ਆਲਰੇਡੀ ਜ਼ੀਰੋ ਹੈ, ਕਾਂਗਰਸ 'ਤੇ ਕੋਈ ਬਹੁਤ ਜ਼ਿਆਦਾ ਉਮੀਦ ਕਿਸੇ ਨੂੰ ਨਹੀਂ ਹੈ।
ਨਹੀਂ ਲੇਕਿਨ ਜੇ ਹੁਣ ਜਿਵੇਂ ਪਿਛਲੀ ਵਾਰੀ 24-25% ਵੋਟ ਮਿਲੀ ਹੈ, ਜੇ ਵੋਟ ਦਾ ਸ਼ੇਅਰ ਵੱਧ ਵੀ ਜਾਵੇ, ਮੈਂ ਕਹਿੰਦਾ 10% ਹੋਰ ਵਾਰ, ਜੇ 35% ਹੋ ਜਾਵੇ, 40 ਵੀ ਹੋ ਜਾਵੇ, ਪਰ ਜੇ ਉਹ ਵੰਡਿਆ ਗਿਆ, ਜੇ 20% ਹੋ ਗਿਆ ਤਾਂ ਫਿਰ ਤਾਂ ਉੱਥੇ ਹੀ ਗੱਲ ਆ ਗਈ ਨਾ। ਹਾਂਜੀ, ਸਵਾਲ ਇਹੀ ਹੈ ਕਿ ਕਿੰਨਾ ਵੰਡਿਆ ਜਾਏਗਾ। ਓਕੇ, ਸਭ ਤੋਂ ਪਹਿਲੀ ਗੱਲ ਇਹ ਹੈ ਜੀ ਕਿ ਜਿਹੜੀ ਵੋਟ ਪੈ ਰਹੀ ਹੈ, ਜਿਸ ਤਰ੍ਹਾਂ ਸੈਂਟਰ ਦੇ ਵਿੱਚ ਵੋਟ ਜਿਹੜੀ ਪਈ ਹੈ, ਬੀਜੇਪੀ ਨੂੰ ਵੋਟ ਨਹੀਂ ਪਈ, ਮੋਦੀ ਨੂੰ ਵੋਟ ਪਈ। ਰਾਈਟ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੀ ਵੋਟ ਪਈ, ਉਹ ਆਪ ਨੂੰ ਵੋਟ ਨਹੀਂ ਪਈ, ਉਹ ਅਰਵਿੰਦ ਕੇਜਰੀਵਾਲ ਨੂੰ ਵੋਟ ਪਈ। ਇਸੇ ਕਰਕੇ ਜਿਹੜੀ ਪੰਜਾਬ ਦੇ ਵਿੱਚ 20 ਵੋਟ ਪੈਣੀ ਹੈ, ਉਹ ਦੋ ਚੀਜ਼ਾਂ 'ਤੇ ਪੈਣੀ ਹੈ। ਪਹਿਲੀ ਗੱਲ ਅਰਵਿੰਦ ਕੇਜਰੀਵਾਲ ਦੇ ਨਾਂ 'ਤੇ ਜੀ, ਅਤੇ ਦੂਸਰੀ ਗੱਲ ਉਹਨਾਂ ਦੇ ਕੰਮ 'ਤੇ ਜੋ ਦਿੱਲੀ ਕਰਨਗੇ। ਓਕੇ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ 'ਚ ਰੂਲਿੰਗ ਹੈ, ਅਤੇ ਜੋ ਕਰਕੇ ਚੰਗਾ ਕੰਮ ਕਰਕੇ ਦਿਖਾਉਣਗੇ ਤਾਂ ਉਹ ਇਫੈਕਟ ਪੰਜਾਬ 'ਤੇ ਹੋਣਾ ਹੀ ਹੋਣਾ। ਬਿਲਕੁਲ। ਸੋ ਇਹ ਪਰਸੈਪਸ਼ਨ ਦਾ ਮਸਲਾ ਵਾ, ਜੋ ਉਹ ਪਰਸੈਪਸ਼ਨ ਦੇ ਸਕਦੇ ਦਿੱਲੀ ਦੀ, ਉਹ ਬਹੁਤ ਅਹਿਮ ਹੋਊਗੀ। ਅਨੁਰਾਗ, ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ ਔਰ ਆਪਣਾ ਦ੍ਰਿਸ਼ਟੀਕੋਣ ਦਿੰਦੇ ਰਹੋ, ਅਸੀਂ ਸਾਰੇ ਲੋਕਾਂ ਨਾਲ ਚਾਹਵਾਂਗੇ ਕਿ ਤੁਹਾਡਾ ਦ੍ਰਿਸ਼ਟੀਕੋਣ ਸਾਂਝਾ ਕਰੀਏ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੂਬੇਦਾਰ ਹਰਮੇਲ ਸਿੰਘ ਜੁਬਾ ਸਿੰਘ। ਹਾਂਜੀ ਹਾਂਜੀ ਸੂਬੇਦਾਰ ਜੀ, ਅੱਜ ਪਹਿਲੀ ਕਾਲ ਤੋਂ ਤੁਹਾਨੂੰ ਤੁਸੀਂ ਬੀਟ ਹੋ ਗਏ ਅੱਜ। ਮੈਂ ਜੀ ਕੀਤਾ ਤਾਂ ਦੋ ਵਾਰੀ, ਪਰ ਮੂਹਰੋਂ ਜਵਾਬ ਆ ਰਿਹਾ, ਫਿਰ ਸਾਰੀਆਂ ਲਾਈਨਾਂ ਬਿਜ਼ੀ ਹੋ ਗਈਆਂ। ਓਕੇ ਓਕੇ, ਹਾਂਜੀ ਸੂਬੇਦਾਰ ਜੀ, ਚੱਲਣ ਤੋਂ ਪਹਿਲਾਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਪਹਿਲਾਂ ਤਾਂ ਤੁਹਾਡਾ ਮੈਂ ਇੰਟਰਵਿਊ ਦੇਖੀ ਜਥੇਦਾਰ ਹੋਣਾ ਨਾਲ, ਰਣਜੀਤ ਸਿੰਘ ਹੋਣਾ ਨਾਲ ਜੀ, ਤੇ ਤੁਸੀਂ ਇਦਾਂ ਦੀ ਇੰਟਰਵਿਊ ਦਿੰਦੇ ਰਹੋ, ਬੜੀ ਚੰਗੀ ਲੱਗੀ, ਬੜਾ ਕੁਛ ਦੇਖਣ ਨੂੰ ਮਿਲਿਆ ਜੋ ਕੁਛ ਨਹੀਂ ਅਸੀਂ ਸੁਣਿਆ ਸੀ ਕਦੀ ਜੀ। ਤੇ ਦੂਜੀ ਚੀਜ਼, ਇਹ ਆਮ ਪਾਰਟੀ, ਕਾਂਗਰਸ ਜਾਂ ਜਿੰਨੀਆਂ ਮਰਜ਼ੀ 1875 ਪਾਰਟੀਆਂ ਰਜਿਸਟਰਡ ਇਸ ਵੇਲੇ ਇੰਡੀਆ ਦੇ ਵਿੱਚ ਜੀ, ਲੇਕਿਨ ਇਹਨਾਂ ਦਾ ਸਾਰਿਆਂ ਦਾ ਏਜੰਡਾ ਕੋਈ ਨਹੀਂ ਸਵਾਏ ਲੁੱਟਣ ਤੋਂ। ਰਾਈਟ। ਤੇ ਮੇਰਾ ਪੁਆਇੰਟ ਅੱਜ ਹੋਰ ਹੈ ਕਿ ਅੱਜ 1965 ਦੀ 50ਵੀਂ ਬਰੇ ਗੰਢ ਹੈ। ਮੇਰਾ ਖਿਆਲ ਹੈ ਕਿ ਪੰਜਾਬ ਜਾਂ ਹੋਰਨਾਂ ਸ਼ਹਿਰਾਂ ਦੇ ਵਿੱਚ ਫੌਜੀ ਅੱਡਿਆਂ ਦੇ ਉੱਤੇ ਵੀ ਬੜੇ ਜਸ਼ਨ ਮਨਾਏ ਜਾਂਦੇ ਰਹਿਣਗੇ ਜੀ, ਹਾਂਜੀ, ਜਾਂ ਮਨਾਏ ਜਾਂਦੇ ਹੋਣਗੇ। ਪਰ ਮੈਂ ਅੱਜ ਉਸ ਹੀਰੋ ਦੀ ਗੱਲ ਕਰਨ ਲੱਗਾ, ਜਿਸ ਹੀਰੋ ਦੀ ਬਦੌਲਤ ਹੀ ਇਹ ਜਿੱਤ ਪ੍ਰਾਪਤ ਹੋਈ, ਵਰਨਾ ਹਿੰਦੁਸਤਾਨ ਦਾ ਪਲੜਾ ਉਸ ਵੇਲੇ ਬਹੁਤ ਹਲਕਾ ਸੀ। ਤੁਸੀਂ ਵੀ ਪੰਜਾਬ 'ਚ ਰਹਿੰਦੇ ਸੀ ਤਾਂ ਮੈਂ ਵੀ ਪੰਜਾਬ 'ਚ ਰਹਿੰਦਾ ਸੀ ਜੀ। ਜਦੋਂ ਇੱਕ ਪਾਸੇ ਅਯੂਬ ਖਾਨ ਆਪਣੀ ਫੌਜ ਦੀ ਅਗਵਾਈ ਲਾਹੌਰ ਆ ਕੇ ਕਰ ਰਿਹਾ ਸੀ, ਤੇ ਸਾਡਾ ਚੌਧਰੀ ਦਿੱਲੀ ਤੋਂ ਹੁਕਮ ਦੇ ਰਿਹਾ ਸੀ ਜੀ, ਉਹਦੀ ਹੁਕਮ ਉਹਦੇ ਨਾਲ ਜਨਰਲ ਹਰਬਖਸ਼ ਸਿੰਘ ਨੇ ਮੀਟਿੰਗ ਕੀਤੀ ਸੈਂਡ ਮਾਡਲ ਦੇ ਉੱਤੇ ਵਾਲੇ, ਜਿੱਥੇ ਉਹ ਆਪਸ ਵਿੱਚ ਤੂ ਮੈਂ ਵੀ ਹੋਈ, ਤਾਂ ਕੁਝ ਲੋਕ ਤਾਂ ਇਹ ਵੀ ਕਹਿੰਦੇ ਆ ਭਈ ਇਹਨਾਂ ਨੇ ਇੱਕ ਦੂਜੇ ਨੂੰ ਤੁਫਾ ਤੁਫਾ ਵੀ ਮਾਰੇ ਇੱਕ ਦੂਜੇ ਦੇ। ਉਤਲੇ ਦੇ ਜਿਹੜੇ ਆਪਣੇ ਕੈਪਟਨ ਸਾਹਿਬ ਹੈ, ਇਹ ਜਨਰਲ ਹਰਬਖਸ਼ ਸਾਹਿਬ ਦੇ ADC ਹੁੰਦੇ ਸੀ ਕੈਪਟਨ ਜੀ ਜੀ, ਬਾਕੀ ਇਹਨਾਂ ਨੂੰ ਪਤਾ ਹੋਊਗਾ। ਤੇ ਪਰ ਉਸ ਵੇਲੇ ਉਹਨਾਂ ਨੇ ਜਿਹੜੀ ਪਲਾਨਿੰਗ ਸੀਗੀ ਇੰਡੀਆ ਦੇ ਚੀਫ ਦੀ, ਉਹ ਸੀਗੀ ਕਿ ਬਿਆਸ ਦੇ ਉੱਤੇ ਆ ਕੇ ਇਹਨਾਂ ਨੂੰ ਰੋਕਿਆ ਜਾਵੇ, ਕਿਉਂਕਿ ਥ੍ਰੈਟ ਬਹੁਤ ਜ਼ਬਰਦਸਤ ਸੀ ਉਸ ਵੇਲੇ ਜੀ ਜੀ, ਤੇ ਆਪਣੀ ਫੌਜ ਜਿਹੜੀ ਉਹ ਤਿੱਤਰ ਬਿੱਤਰ ਹੋ ਗਈ, ਤੇ ਕੋਈ ਰੋਕਣ ਦਾ ਚਾਂਸ ਨਹੀਂ ਸੀ ਬਣ ਰਿਹਾ। ਪਰ ਜਨਰਲ ਹਰਬਖਸ਼ ਨੇ ਆਪਣੀ ਨੌਕਰੀ ਨੂੰ ਇੱਕ ਦਾਅ 'ਤੇ ਲਾ ਕੇ ਆਪਣੇ ਦਿਮਾਗ ਤੋਂ ਕੰਮ ਲੈਂਦਿਆਂ ਹੋਇਆ ਉਹਨੇ ਜਵਾਬ ਦਿੱਤਾ ਚੌਧਰੀ ਨੂੰ ਕਿ ਤੂੰ ਹੁਣ ਆਪਣੇ ਘਰ ਬੈਠ, ਜੋ ਕਰਨਾ ਮੈਂ ਕਰਨਾ। ਉਹ ਉਸੇ ਵੇਲੇ ਹੀ ਬਾਰਡਰ ਦੇ ਉੱਤੇ ਆਇਆ। ਸੁਬੇਦਾਰ ਜੀ, ਸੁਬੇਦਾਰ ਜੀ, ਮੈਂ ਇਹ ਸਾਰੀ ਚੀਜ਼ ਬੜੀ ਡਿਟੇਲ ਦੇ ਵਿੱਚ ਪੜ੍ਹੀ ਆ, ਜਾਣੀ ਆ, ਲੋਕਾਂ ਨਾਲ ਗੱਲਬਾਤ ਕੀਤੀ ਆ। ਮੇਜਰ ਜਨਰਲ ਗੁਰਚਰਨ ਸਿੰਘ ਸੰਧੂ, ਜਿਨ੍ਹਾਂ ਨੇ ਇਹਦੇ ਬਾਰੇ ਹਿਸਟਰੀ ਲਿਖੀ ਵੀ ਆ, ਉਹ ਉਸ ਵੇਲੇ ਮਿਲਟਰੀ ਉਸ ਵੇਲੇ MA ਸਨ ਜਨਰਲ ਚੌਧਰੀ ਦੇ। ਇਨਫੈਕਟ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੈਂ ਗੱਲਬਾਤ ਕੀਤੀ ਆ, ਉਹ ADC ਸਨ ਜਨਰਲ ਹਰਬਖਸ਼ ਸਿੰਘ ਦੇ। ਬਾਕੀ ਉਹ ਜਨਰਲ ਜੋ ਕੈਪਟਨ ਅਮਰਿੰਦਰ ਸਿੰਘ 1965 ਦੀ ਲੜਾਈ ਦੀ ਇੱਕ ਕਿਤਾਬ ਵੀ ਲਿਖ ਰਿਹਾ, ਮੇਰੇ ਖਿਆਲ ਕੁਝ ਹਫ਼ਤਿਆਂ ਤੱਕ ਉਹ ਕਿਤਾਬ ਬਾਹਰ ਵੀ ਆ ਜੂਗੀ। ਹਾਂ, ਗੱਲਾਂ ਸਾਰੀਆਂ ਉਹਦੇ 'ਚੋਂ ਉਹ ਵਿਸਤਾਰ ਦੇ ਨਾਲ ਐਕਸਪਲੇਨ ਕਰਨਗੇ ਵੀ ਐਗਜੈਕਟਲੀ ਕੀ ਹੋਇਆ।
ਅੰਬਾਲੇ ਦੇ ਵਿੱਚ ਆਪਸ ਦੇ ਵਿੱਚ ਉਹਨਾਂ ਦੀ ਡਿਸਐਗਰੀਮੈਂਟ ਜ਼ਰੂਰ ਹੋਈ ਜਿਹੜੀ ਇੱਕ ਆਮ ਸੈਂਡ ਮਾਡਲਸ 'ਤੇ ਹੋ ਜਾਂਦੀ ਆ। ਬਾਕੀ ਉਸ ਤੋਂ ਵੱਧ ਜਿਹੜੀ ਗੱਲ ਆ ਮੇਰੇ ਖਿਆਲ ਲੋਕ ਐਵੇਂ ਵਿਧਾ ਚੜਾ ਕੇ ਗੱਲ ਕਰ ਰਹੇ ਆ, ਇਹ ਬਿਲਕੁਲ ਸਹੀ ਆ ਕਿ ਆਪਸ ਦੇ ਵਿੱਚ ਉਹਨਾਂ ਦਾ ਡਿਫਰੈਂਸ ਆਫ ਓਪੀਨੀਅਨ ਸੀ। ਜਨਰਲ ਚੌਧਰੀ ਚਾਹੁੰਦੇ ਸੀ ਵੀ ਅਸੀਂ ਆਪਣੀ ਡਿਫੈਂਸਿਵ ਪੋਜੀਸ਼ਨਸ ਬਿਆਸ 'ਤੇ ਲਾਈਏ, ਲੇਕਿਨ ਜਨਰਲ ਹਰਬਖਸ਼ ਸਿੰਘ ਨਹੀਂ ਸੀ ਚਾਹੁੰਦੇ ਵੀ ਅੰਮ੍ਰਿਤਸਰ ਨੂੰ ਛੱਡ ਕੇ ਅਸੀਂ ਬਿਆਸ ਤੱਕ ਵਿਡਰਾਅ ਕਰੀਏ। ਖੈਰ 1965 ਦੀ ਲੜਾਈ, ਕਿਉਂਕਿ 50ਵੀਂ ਵਰ੍ਹੇ ਗੰਢ ਆ, ਇਹਦੇ 'ਤੇ ਅੱਜ ਕੱਲ੍ਹ ਕਾਫੀ ਸੈਮੀਨਾਰ ਹੋ ਰਹੇ ਆ, ਜਸ਼ਨ ਮਨਾਏ ਜਾ ਰਹੇ ਆ। ਅਸੀਂ ਕਹਿ ਰਹੇ ਹਾਂ ਅਸੀਂ ਇਹ ਜਿੱਤੀ, ਪਾਕਿਸਤਾਨ ਕਹਿ ਰਹੇ ਅਸੀਂ ਲੜਾਈ ਜਿੱਤੀ। ਵੈਸੇ ਅਸਲੀਅਤ ਦੇ ਵਿੱਚ ਇਹ ਲੜਾਈ ਇੱਕ ਤਰੀਕੇ ਦੀ ਡਰਾਅ ਸੀ, ਦੋਵਾਂ ਦਾ ਬਰਾਬਰ ਦਾ ਪਰਫੋਰਮੈਂਸ ਸੀ। ਖੈਰ ਉਸ ਤੋਂ ਬਾਅਦ ਫਿਰ ਤਾਸ਼ਕੰਦ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ, ਇਸ ਮਸਲੇ ਨੂੰ ਲੈ ਕੇ, ਭਾਰਤ ਪਾਕਿਸਤਾਨ ਦੇ ਰਿਲੇਸ਼ਨਸ ਨੂੰ ਲੈ ਕੇ ਅਸੀਂ ਕੱਲ੍ਹ ਇਹਦੇ 'ਤੇ ਡਿਸਕਸ਼ਨ ਕਰਾਂਗੇ। ਅੱਜ ਆਪਾਂ ਆਮ ਆਦਮੀ ਪਾਰਟੀ ਦੀ ਡਿਸਕਸ਼ਨ ਕਰ ਰਹੇ ਹਾਂ। ਇਨਫੈਕਟ ਸੁਬੇਦਾਰ ਜੀ, ਅਸੀਂ ਕੋਸ਼ਿਸ਼ ਕਰੀਏ ਕਿ ਅੱਜ ਵਾਲੀ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਹੈ ਉਹਦੇ 'ਤੇ ਹੀ ਆਪਾਂ ਡਿਸਕਸ਼ਨ ਸਾਰੀ ਰੱਖੀਏ। ਮੈਂ ਅਗਲਾ ਕਾਲਰ ਜਿਹੜਾ ਵਾ ਉਹਨਾਂ ਦੀ ਦੇਖਦੇ ਗੱਲ ਸੁਣਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਸੰਧੂ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਧੂ ਸਰ, ਮੈਂ ਆਮ ਆਦਮੀ ਪਾਰਟੀ ਬਾਰੇ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ। ਹਾਂਜੀ ਹਾਂਜੀ, ਕੌਣ ਬੋਲ ਰਹੇ ਤੁਸੀਂ? ਐਕਚੁਲੀ ਮੈਂ ਜਰਨੈਲ ਸਿੰਘ ਬੋਲ ਰਿਹਾ ਜੀ, ਫੁੱਟ ਹੈਵਨ ਨਿਊਯਾਰਕ ਤੋਂ। ਹਾਂਜੀ ਜਰਨੈਲ ਸਿੰਘ ਜੀ, ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਸੰਧੂ ਸਰ, ਦੇਖੋ ਇੱਕ ਬੜੀ ਗੱਲ ਸੱਚਾਈ ਹੈਗੀ ਹੈ ਕਿ ਜਦੋਂ ਕਿਸੇ ਵੀ ਪਾਰਟੀ ਦੇ ਵਿੱਚੋਂ ਕੁਛ ਬੰਦੇ ਗਿਰਦੇ ਆ ਜਾਂ ਉਹਨਾਂ ਨੂੰ ਕੱਢਿਆ ਜਾਂਦਾ ਹੈ ਨਾ ਜੀ, ਤੇ ਉਹਦੀ ਸੰਭਾਵਕ ਵੀਕਨੈਸ ਜਿਹੜੀ ਹੈਗੀ ਉਸ ਪਾਰਟੀ ਦੀ ਉਹ ਹੋ ਜਾਂਦੀ ਹੈ ਜੀ। ਜਿਹੜਾ ਇਹਨਾਂ ਨੇ 3-4 ਬੰਦਿਆਂ ਨੂੰ ਕੱਢਿਆ ਹੈਗਾ ਵੈ, ਇੱਕ ਤਾਂ ਦਲਜੀਤ ਸਿੰਘ ਹੋਣੀ ਹੈਗੇ ਹੈ, ਹਾਂਜੀ, ਇੱਕ ਗਾਂਧੀ ਹੈਗੇ, ਇੱਕ ਦੂਜਾ ਤੁਹਾਡਾ ਹਰਵਿੰਦਰ ਸਿੰਘ ਖਾਲਸਾ ਹੈਗੇ ਹੈ। ਦੇਖੋ ਜਿੱਤੇ ਹੋਏ ਬੰਦਿਆਂ ਨੂੰ ਅਗਰ ਇਹ ਦੋ ਪਾਸਿਆਂ ਦੇ ਵਿੱਚ ਵੰਡੇ ਜਾਂਦੇ ਹੈਗੇ ਆ ਜਾਂ ਨਵੀਂ ਪਾਰਟੀ ਹੈ ਔਰ ਇੰਨੀ ਜਲਦੀ ਵੰਡੀ ਜਾਵੇ ਜੀ, ਤਾਂ ਇਹਦਾ ਭਵਿੱਖ ਕੋਈ ਬਹੁਤ ਵਧੀਆ ਕਿਹਾ ਨਹੀਂ ਜਾ ਸਕਦਾ। ਰਾਈਟ, ਹਰ ਬੰਦਾ ਆਪਣੇ ਆਪਣੇ ਵਿਚਾਰ ਦੇ ਰਿਹਾ, ਕਿਉਂਕਿ ਜੇ ਮੇਰੀ ਇਕੱਲੇ ਦੀ ਮਾੜੀ ਜਿਹੀ ਮਤਲਬ ਸੁਰ ਰਲਦੀ ਆ ਆਮ ਆਦਮੀ ਪਾਰਟੀ ਨਾਲ ਤੇ ਮੈਂ ਕਹਿ ਦਿੰਦਾ ਨਹੀਂ ਜੀ, ਮੇਰੀ ਪਾਰਟੀ ਨੂੰ ਤਾਂ ਕੋਈ ਪਰਵਾਹ ਨਹੀਂ ਹੈਗੀ ਜੀ। ਇਹ ਨਹੀਂ ਕਹਿਣਾ ਚਾਹੀਦਾ ਸਾਨੂੰ, ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਇਹ ਕੁਛ ਵਾਪਰਿਆ ਤੇ ਕਿਉਂ ਵਾਪਰਿਆ ਜੀ, ਕਿਉਂਕਿ ਇਹਨਾਂ ਦੋਹਾਂ ਦੀ ਆਪਸੀ ਸਿਰਫ ਇੱਕ ਪਾਰਟੀ ਦੀ ਦੁਪਾਤਰ ਹੋਣ ਕਰਕੇ ਨਾ, ਦੂਜੀਆਂ ਦੋਨਾਂ ਪਾਰਟੀਆਂ ਨੇ ਆਪਣਾ ਫੇਅਰ ਜਿਹੜਾ ਹੈਗਾ ਕੁਛ ਨਾ ਕੁਛ ਬੈਨੀਫਿਟ ਲੈ ਜਾਣਾ। ਰਾਈਟ, ਔਰ ਇਹ ਬਹੁਤ ਹੀ ਮਾੜਾ ਭਵਿੱਖ ਹੈ ਆਮ ਆਦਮੀ ਪਾਰਟੀ ਦਾ, ਜਿਹਨੂੰ ਕਿ ਸਿਰਫ ਤੇ ਸਿਰਫ ਖਿਆਲੀ ਪਲਾਓ ਪਕਾ ਕੇ ਜਿਹੜਾ ਹੈ ਉਹਨੂੰ ਆਖੋ ਪਰੋਖੇ ਨਹੀਂ ਕਰਨਾ ਚਾਹੀਦਾ, ਇਹਨੂੰ ਅੱਜ ਹੀ ਇਹਦਾ ਡੂੰਘਾਈ ਤੋਂ ਚਿੰਤਨ ਕਰਨਾ ਚਾਹੀਦਾ ਤਾਂ ਜੋ ਇਹ ਪਾਰਟੀ ਨੂੰ ਜੇ ਸਟੈਂਡ ਕਰਨਾ ਚਾਹਣ ਤਾਂ ਕਰ ਸਕਦੇ ਨੇ, ਅਦਰਵਾਈਜ਼ ਮੈਂ ਤੁਹਾਨੂੰ ਭਵਿੱਖਬਾਣੀ ਦਿੰਦਾ ਵਾ, ਮੈਂ ਤਾਂ ਉਹ ਨਹੀਂ ਹੈਗਾ, ਪਰ ਮੈਂ ਇਹ ਕਹਾਂਗਾ ਕਿ ਆਮ ਆਦਮੀ ਪਾਰਟੀ ਦਾ ਭਵਿੱਖ ਜਿਹੜਾ ਬਹੁਤ ਡਾਵਾਂਡੋਲ ਹੈ ਅਗਰ ਇਹ ਇਕੱਠੇ ਨਹੀਂ ਹੁੰਦੇ ਜੀ। ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਜੀ ਕਿ ਸੁੱਚਾ ਸਿੰਘ ਛੋਟੇਪੁਰ ਜਿਹੜਾ ਹੈ ਜੀ, ਇਹ ਤੇ ਪਹਿਲਾਂ ਹੀ ਬੰਦਾ ਕੱਢਿਆ ਹੋਇਆ, ਅਕਾਲੀਆਂ ਦੇ ਧੱਕੇ ਖਾਧੇ ਹੋਏ ਨੇ ਇਹਨੂੰ, ਇਹ ਪਤਾ ਨਹੀਂ ਤਾਂਜਿਆ ਕਿੱਥੇ ਬੈਠਾ ਸੀ ਤੇ ਇਸ ਪਾਰਟੀ ਦੇ ਨਾਲ ਕਨਵੀਨਰ ਬਣਾਇਆ, ਮੇਰੇ ਖਿਆਲ ਦੇ ਵਿੱਚ ਤੇ ਬੜਾ ਵੱਡਾ ਇਹ ਗਲਤ ਬੰਦਾ ਇਹਨਾਂ ਦੇ ਵਿੱਚ ਆਵੜਿਆ ਹੈ ਜੀ, ਔਰ ਇਹਨੂੰ ਮੇਰੇ ਖਿਆਲ 'ਚ ਜਿੰਨੀ ਜਲਦੀ ਹੋ ਸਕੇ ਸੁੱਚਾਪੁਰ ਛੋਟੇਪੁਰ ਨੂੰ ਕਨਵੀਨਰ ਦੀ ਪੋਸਟ ਤੋਂ ਹਟਾਉਣਾ ਚਾਹੀਦਾ ਤਾਂ ਜੋ ਮੇਰੇ ਖਿਆਲ 'ਚ ਬਾਕੀ ਬੰਦੇ ਇਕੱਠੇ ਹੋ ਸਕਣ। ਤੁਹਾਨੂੰ ਕੀ ਲੱਗਦਾ ਜਰਨੈਲ ਸਿੰਘ ਜੀ, ਕਿਹਨੂੰ ਲਾਉਣਾ ਚਾਹੀਦਾ ਵਾ ਛੋਟੇਪੁਰ ਨੂੰ ਹਟਾ ਕੇ? ਦੇਖੋ ਜੀ, ਕਿਸੇ ਨੂੰ ਵੀ ਲਾਣ, ਸੁੱਚਾ ਸਿੰਘ ਛੋਟੇਪੁਰ ਜਿਹੜਾ ਹੈ ਜੇ ਉਹ ਆਪਣੀ ਪਾਰਟੀ ਨੂੰ ਇੱਕ ਨਵ ਜੰਮੇ ਬੱਚੇ ਨੂੰ ਤੁਸੀਂ ਪਾਲ ਨਹੀਂ ਨਾ ਸਕਦੇ, ਨਵ ਬੱਚੇ ਬੱਚੇ ਦਾ ਜੇ ਅਗਰ ਤੁਸੀਂ ਪਾਲਣ ਪੋਸ਼ਣ ਨਹੀਂ ਨਾ ਕਰ ਸਕਦੇ ਤੇ ਇਹਦਾ ਮਤਲਬ ਤੁਹਾਡਾ 1% ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੀ। ਇਹ ਹਾਲਤ ਜਿਹੜੀ ਸੁੱਚੇਪੁਰ ਦੀ ਹੈ ਜੀ। ਜਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਦੋ ਪੁਆਇੰਟ ਤੁਸੀਂ ਬੇਸਿਕਲੀ ਕਹੇ ਆ ਕਿ ਜੋ ਇਸ ਵੇਲੇ ਅੰਦਰੂਨੀ ਲੜਾਈ ਆ ਉਹਦੇ ਕਰਕੇ
ਆਮ ਆਦਮੀ ਪਾਰਟੀ ਦਾ ਪੰਜਾਬ 'ਚ ਭਵਿੱਖ ਬਹੁਤ ਡਾਵਾਂਡੋਲ ਆ। ਦੂਜੀ ਗੱਲ, ਵੈਸੇ ਤਾਂ ਉਹਨਾਂ ਗੱਲਾਂ ਕਈ ਕੀਤੀਆਂ, ਲੇਕਿਨ ਦੂਜੀ ਜਿਹੜੀ ਇੰਪੋਰਟੈਂਟ ਗੱਲ, ਅਹਿਮ ਗੱਲ ਉਹਨਾਂ ਕਹੀ ਆ ਕਿ ਸੁੱਚਾ ਸਿੰਘ ਛੋਟੇਪੁਰ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਆ, ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਵਾ, ਬਦਲਣਾ ਚਾਹੀਦਾ, ਕਿਸੇ ਹੋਰ ਨੂੰ ਲਾ ਦਿਓ, ਲੇਕਿਨ ਉਹਨਾਂ ਨੂੰ ਬਦਲਣਾ ਜ਼ਰੂਰ ਚਾਹੀਦਾ, ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਵਾ ਔਰ ਉਹ ਇਸ ਪਾਰਟੀ ਨੂੰ ਨਰਚਰ ਤਿਆਰ ਅਗਲੀਆਂ ਚੋਣਾਂ ਵਾਸਤੇ ਨਹੀਂ ਕਰ ਸਕਦੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਆ, ਉਹ ਕੀ ਪ੍ਰਸਤਾਵ ਉਹ ਦੇਣਾ ਚਾਹੁੰਦੇ ਆ। ਹੈਲੋ ਹੈਲੋ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਹਰਮਿੰਦਰ ਸਿੰਘ ਬੋਲਦਾ ਜੀ। ਹਾਂਜੀ ਹਰਮਿੰਦਰ ਸਿੰਘ ਜੀ, ਦੱਸੋ ਤੁਹਾਡੇ ਕੀ ਵਿਚਾਰ ਨੇ, ਕੀ ਵਿਊ ਪੁਆਇੰਟ ਆ? ਇਹ ਸੰਧੂ ਸਾਹਿਬ ਦੇਖੋ ਜੀ, ਬੜੀ ਆਸ ਸੀ ਇਸ ਪਾਰਟੀ 'ਤੇ ਜੀ, ਪਰ ਹੁਣ ਤਾਂ ਦਿਲ ਕਹਿੰਦੇ ਹੁਣ ਟੁੱਟ ਗਿਆ ਜੀ, ਇਹ ਤਾਂ ਪੱਤਿਆਂ ਵਾਂਗੂ ਖਿੰਡ ਗਏ ਜੀ, ਇਹਨਾਂ ਦਾ ਪਤਾ ਨਹੀਂ ਭਵਿੱਖ ਹੁਣ ਕੀ ਬਣੂਗਾ ਜੀ, ਬੜੀ ਆਸ ਸੀ। ਮੈਨੂੰ ਲੱਗਦਾ ਵੀ ਇਹ ਪੁਰਾਣਾ ਜ਼ਹਿਰ ਹੀ ਪੀਣਾ ਪੈਣਾ ਜੀ ਸੰਧੂ ਸਾਹਿਬ, ਇਹ ਲੱਗਦਾ ਇਹਨਾਂ ਦੇ ਹਾਲਾਤਾਂ ਨੂੰ ਦੇਖ ਕੇ ਜੀ। ਮੈਂ ਉਹ ਭਾਈ ਸਾਹਿਬ ਨਾਲ ਸਹਿਮਤ ਹਾਂ ਵੀ ਸੁੱਚਾ ਸਿੰਘ ਛੋਟੇਪੁਰ ਬੰਦਾ ਮਾੜਾ ਨਹੀਂ ਹੈ ਜੀ, ਪਰ ਜਿਹੜਾ ਬੰਦਾ ਪਾਰਟੀ ਨੂੰ ਇਕੱਠੀ ਉਹ ਨਹੀਂ ਰੱਖ ਸਕਿਆ ਜੀ, ਅਤੇ ਇਸ ਬੰਦੇ ਨੂੰ ਹੁਣ ਮੇਰਾ ਖਿਆਲ ਹਟਾ ਦੇਣਾ ਚਾਹੀਦਾ, ਕੋਈ ਨਵਾਂ ਬੰਦਾ ਲਿਆਉਣ ਅਤੇ ਸਾਰੇ ਬੰਦਿਆਂ ਨੂੰ ਇਕੱਠੇ ਇੱਕ ਪਲੇਟਫਾਰਮ 'ਤੇ ਇਕੱਠੇ ਕਰਨ, ਤਾਂ ਕੁਛ ਬਣ ਸਕਦਾ ਜੀ। ਅਦਰਵਾਈਜ਼ ਤਾਂ ਇਹਦਾ ਫਾਇਦਾ ਜੀ ਉਹੀ ਲੈਣਗੇ, ਪਹਿਲੇ ਹੀ ਉਹੀ ਪੁਰਾਣਾ ਜ਼ਹਿਰ ਹੀ ਪੀਣਾ ਪੈਣਾ ਜੀ। ਹਰਮਿੰਦਰ ਸਿੰਘ ਜੀ, ਨਹੀਂ ਹਾਲੀ ਸਮਾਂ ਹੈਗਾ ਇੱਕ ਸਾਲ, ਇੰਨਾ ਛੇਤੀ ਨਾ ਕਰਿਓ ਜ਼ਹਿਰ ਪੀਣ ਦੀ ਗੱਲ, ਪਰ ਵੇਖਦੇ ਹਾਂ ਵੀ ਇਹ ਦੱਸੋ ਕਿ ਇੱਕ ਕਾਫੀ ਲੋਕ ਕਹਿ ਰਹੇ ਆ ਕਿ ਬਾਹਰਲੇ ਬੰਦੇ ਆ ਕੇ ਇੱਥੇ ਥਾਪੇ ਗਏ ਆ, ਉਹਨਾਂ ਦਾ ਇਸ਼ਾਰਾ ਵਾ ਸੰਜੇ ਸਿੰਘ ਜਿਹੜੇ ਪੰਜਾਬ ਦੇ ਇੰਚਾਰਜ ਆ ਦਿੱਲੀ ਤੋਂ। ਤੁਹਾਨੂੰ ਲੱਗਦਾ ਵਾ ਵੀ ਇਹਨਾਂ ਲੋਕਾਂ ਨੂੰ ਵੀ ਛੋਟੇਪੁਰ ਦੇ ਨਾਲ ਮੇਰੇ ਖਿਆਲ ਬਦਲਣਾ ਚਾਹੀਦਾ ਵਾ? ਬਿਲਕੁਲ ਜੀ ਬਿਲਕੁਲ, ਇਹੋ ਜਿਹੇ ਬੰਦੇ ਦਾ ਪੰਜਾਬ 'ਚ ਕੋਈ ਕੰਮ ਨਹੀਂ ਹੈ ਜੀ, ਇਹ ਬੰਦਾ ਉਨਾ ਹੀ ਜ਼ਿੰਮੇਵਾਰ ਹੈ ਜੀ ਪਾਰਟੀ ਨੂੰ ਖੜਾਉਣ 'ਚ। ਦੇਖੋ ਤਾਂ ਸਹੀ ਵੀ ਪਾਰਟੀ ਦਾ ਹਾਲ ਕੀ ਅਤੇ ਕੀ ਬਣਾਤਾ ਇਹਨਾਂ ਨੇ ਜੀ। ਕੇਜਰੀਵਾਲ ਮਾੜਾ ਮੋਟਾ ਤਾਂ ਸੋਚੇ ਵੀ ਜੇ ਕੋਈ ਪਾਰਟੀ ਦਾ ਚੰਗਾ ਬੰਦਾ ਹੁੰਦਾ ਤਾਂ ਉਹ ਘੱਟੋ ਘੱਟ ਇਕੱਠੇ ਤਾਂ ਰੱਖ ਸਕਦਾ, ਇਹ ਤਾਂ ਪੱਤਿਆਂ ਨੂੰ ਖਿੰਡ ਗਏ ਜੀ ਇਹਨਾਂ ਦਾ। ਕੋਈ ਦੱਸੋ ਕੀ ਦੇਖ ਕੇ ਇਹਨਾਂ ਨੂੰ ਕੀ ਲੱਗ ਰਿਹਾ, ਇਹਨਾਂ ਨੂੰ ਤਾਂ ਵੀ ਵੋਟ ਨਹੀਂ ਪਾਊਗਾ ਇਸ ਹਿਸਾਬ ਨਾਲ ਜੀ। ਬਿਲਕੁਲ ਹਰਮਿੰਦਰ ਸਿੰਘ ਜੀ, ਮੇਰੇ ਖਿਆਲ ਕਾਫੀ ਲੋਕ ਤੁਹਾਡੇ ਨਾਲ ਸਹਿਮਤ ਨੇ ਕਿ ਕਿਉਂਕਿ ਪਾਰਟੀ ਜਿਹੜੀ ਆ ਪੱਤਿਆਂ ਵਾਂਗੂ ਖਿੰਡ ਰਹੀ ਆ, ਇਸ ਕਰਕੇ ਜੋ ਕੁਝ ਵੀ ਜਿਹੜੇ ਵੀ ਇਹਨਾਂ ਦੇ ਪੰਜਾਬ ਦੇ ਹੁਣ ਤੱਕ ਦੇ ਇੰਚਾਰਜ ਨੇ, ਕਿਉਂਕਿ ਉਹ ਸਾਰਿਆਂ ਨੂੰ ਇਕੱਠੇ ਨਹੀਂ ਰੱਖ ਸਕੇ, ਸੋ ਇਸ ਕਰਕੇ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰਸ ਦਾ ਕੀ ਵਿਊ ਪੁਆਇੰਟ ਹੈ। ਹੈਲੋ, ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਲ ਸਾਹਿਬ। ਮੱਕੇ ਗਿਆ ਗੱਲ ਮੁੱਕਦੀ ਨਹੀਂ ਜੀ, ਭਾਵੇਂ 100-100 ਜੁੰਮੇ ਪੜ ਆਈਏ ਜੀ। ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100-100 ਗੋਤੇ ਲਾਈਏ ਜੀ। ਬੁੱਲੇ ਸ਼ਾਹ ਗੱਲ ਉੱਥੇ ਮੁੱਕਦੀ ਜਦੋਂ ਮੈਂ ਨੂੰ ਮਨੋਂ ਭੁਲਾਈਏ। ਬਿਲਕੁਲ ਠੀਕ ਹੈ ਜੀ, ਮੈਂ ਨੂੰ ਦਿਲੋਂ ਕਹਿਣਾ ਚਾਹੀਦਾ। ਮੈਂ ਤੁਹਾਨੂੰ 3-4 ਮਹੀਨੇ ਪਹਿਲਾਂ ਆਖਿਆ ਸੀ ਜਦੋਂ ਕੇਜਰੀਵਾਲ ਸਾਹਿਬ ਚੱਲ ਗਏ ਗੇ ਆਪਣਾ ਇਲਾਜ ਕਰਾਉਣ ਜੀ, ਤੇ ਮੈਂ ਕਿਹਾ ਏਡਾ ਗੰਭੀਰ ਮਸਲਾ ਬਣਿਆ ਹੋਇਆ ਤੇ ਬਾਂਦਰਾਂ ਨੂੰ ਦੇ ਕੇ ਸਰਦਾਰੀ ਤੇ ਬਾਦਸ਼ਾਹ ਚੱਲ ਜਾਏ ਜੰਗਲ 'ਚ ਜਾਵੇ, ਲੋਕ ਵੀ ਮੈਂ ਫਟੜਿਆ ਤੇ ਟੱਬਰ ਦਾ ਤੀਲਾ ਤੀਲਾ ਹੋ ਗਿਆ ਮਗਰੋਂ। ਨਹੀਂ ਉਦੋਂ ਤੇ ਵਾਪਸ ਆ ਕੇ ਉਹਨਾਂ ਨੇ ਸੰਭਾਲ ਲਿਆ, ਦਿੱਲੀ ਦੇ ਵਿੱਚ ਤੇ ਕੰਮ ਕਾਜ ਠੀਕ ਚੱਲ ਰਿਹਾ ਜੀ। ਉਦੋਂ ਤੱਕ ਉਹਨਾਂ ਨੇ ਸਾਰਾ ਪਲੈਨਿੰਗ ਕਰਤੀ, ਉਹਨਾਂ ਨੂੰ ਦੇਤਾ ਤੇ ਉਦੋਂ ਤੋਂ ਲੈ ਕੇ ਤੀਲਾ ਤੀਲਾ ਹੋਈ ਜਾਣ ਡਿਆ। ਸਿਆਣੀਆਂ ਜਿਹੜੀਆਂ ਕੰਮ ਕਰਨ ਵਾਲੀਆਂ ਹੁੰਦੀਆਂ ਸੀ ਘਰੋਂ ਦੀਆਂ ਵਿਚਾਰੀਆਂ ਜਾਂ ਮਾਈਆਂ ਬੋੜੀਆਂ ਹੱਡੀਆਂ, ਉਹ ਇੱਕ ਤੀਲਾ ਵੀ ਮਾਂਜੇ ਚੋਂ ਬੁੱਕਰ ਚੋਂ ਗਵਾਚ ਜਾਂਦਾ ਡਿੱਗ ਪੈਂਦਾ ਸੀ ਤੇ ਉਹਨੂੰ ਫਿਰ ਧਾਗੇ 'ਚ ਪਰੋ ਕੇ ਤੇ ਸੇਬਾ ਜਿਹੜਾ ਮੋਟਾ ਕਰਕੇ ਬੰਨ ਦਿੰਦੇ ਸੀ ਜੀ, ਤੇ ਜਦੋਂ ਝਾੜੂ ਚੋਂ ਤੀਲਾ ਤੀਲੇ ਡਿੱਗਣੇ ਸ਼ੁਰੂ ਹੋ ਗਏ, ਤੀਲੇ ਕੀ ਹੁਣ ਤੇ ਹੋ ਹੀ ਝਾੜੂ ਏਦਾਂ ਏਦਾਂ ਹੋ ਗਿਆ, ਪਤਲੇ ਦੀ ਵੈਲਿਊ ਵੱਧਦੀ ਰਹਿ ਜਾਂਦੀ ਹੈ ਜੀ। ਬਿਲਕੁਲ, ਤੇ ਉਹਨਾਂ ਚਿਰ ਪਾਰਟੀ ਦਾ ਕੁਝ ਨਹੀਂ ਬਣਨਾ ਜਿੰਨਾ ਚਿਰ ਮੈਂ ਨਹੀਂ ਜਾਂਦੀ ਇਹਨਾਂ ਚੋਂ ਜੀ।
ਬਹੁਤ ਵਧੀਆ ਗੱਲ ਪ੍ਰਗਟ ਸਿੰਘ ਬਲ ਨੇ ਕੀਤੀ ਆ, ਔਰ ਉਹਨਾਂ ਨੇ ਉਦਾਹਰਣ ਵੀ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਸਿੰਬਲ ਆ ਝਾੜੂ ਉਹਦਾ ਹੀ ਦਿੱਤਾ ਵਾ। ਇਹ ਬਿਲਕੁਲ ਠੀਕ ਆ, ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਸੀ ਜਾਂ ਸ਼ਹਿਰਾਂ 'ਚ ਵੀ ਰਹਿੰਦੇ ਸੀ ਉਹਨਾਂ ਨੂੰ ਯਾਦ ਹੋਣਾ ਕਿ ਝਾੜੂ ਨੂੰ ਪਿੰਡਾਂ ਦੇ ਵਿੱਚ ਬਹੁਕਰ ਕਹੀਦਾ ਸੀਗਾ, ਔਰ ਬਹੁਕਰ ਜਿਹੜੀ ਆ ਉਹਨੂੰ ਇੱਕ ਸੇਬੇ ਦੇ ਨਾਲ ਬੰਨਿਆ ਹੁੰਦਾ ਸੀਗਾ, ਉਹਦੇ 'ਚ ਤੀਲੇ ਜਿਹੜੇ ਆ ਸਾਰਿਆਂ ਨੂੰ ਇਕੱਠੇ ਕੀਤਾ ਹੁੰਦਾ ਸੀ, ਔਰ ਜਦੋਂ ਝਾੜੂ ਮਾਰੀਦਾ ਸੀਗਾ ਬਹੁਕਰ ਮਾਰੀਦੀ ਸੀ ਤਾਂ ਉਹ ਵਿੱਚੋਂ ਜਿਹੜੇ ਤੀਲੇ ਆ ਕਈ ਵਾਰਾਂ ਵਿੱਚੋਂ ਡਿੱਗਣ ਲੱਗ ਪੈਂਦੇ ਸੀਗੇ, ਉਹਨਾਂ ਨੂੰ ਫਿਰ ਵਿੱਚ ਦੁਬਾਰਾ ਪਾ ਕੇ ਅਤੇ ਦੁਬਾਰਾ ਬੰਨਦੇ ਸੀਗੇ। ਸੋ ਉਹਨਾਂ ਦਾ ਮਤਲਬ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਆ, ਇਹ ਨਹੀਂ ਵੀ ਜਿਹੜਾ ਤੀਲਾ ਡਿੱਗਦਾ ਵਾ ਉਹਨੂੰ ਪਰਾਂ ਸੁੱਟੀ ਜਾਓ। ਬਹੁਤ ਵਧੀਆ ਉਦਾਹਰਣ ਦਿੱਤਾ ਵਾ, ਮੈਂ ਆਸ ਕਰਦਾ ਵਾਂ ਕਿ ਜਿਹੜੇ ਆਮ ਆਦਮੀ ਦੇ ਪਾਰਟੀ ਦੇ ਲੀਡਰ ਜਿਹੜੇ ਆ ਖਾਸ ਕਰਕੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਜਿਹੜੇ ਪਾਰਟੀ ਨੂੰ ਸੰਭਾਲ ਰਹੇ ਆ ਉਹ ਜੇ ਇਹ ਗੱਲ ਸੁਣ ਰਹੇ ਆ ਤਾਂ ਮੇਰੇ ਖਿਆਲ ਉਹਨਾਂ ਨੂੰ ਸਮਝਣਾ ਚਾਹੀਦਾ ਵਾ ਵੀ ਜਿਹੜਾ ਪਾਰਟੀ ਦਾ ਸਿੰਬਲ ਆ ਉਹਨੂੰ ਪਾਰਟੀ ਦੇ ਸਿੰਬਲ ਨੂੰ ਸੰਭਾਲਣ ਦੀ ਲੋੜ ਆ, ਨਾ ਕਿ ਪਾਰਟੀ ਦੇ ਸਿੰਬਲ ਨੂੰ ਤੁਸੀਂ ਖਿੰਡ ਦਿਓ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਹਾਲਤ ਬਣ ਰਹੀ ਆ ਉਹਦੇ ਬਾਰੇ ਅਸੀਂ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਪਰ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ। ਅਸੀਂ ਗੱਲ ਕਰ ਰਹੇ ਹਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਜਿਵੇਂ ਤੁਹਾਨੂੰ ਤੁਸੀਂ ਦੇਖਿਆ ਹੀ ਆ, ਇੰਝ ਲੱਗ ਰਿਹਾ ਵਾ ਕਿ ਦੋ ਹਿੱਸਿਆਂ 'ਚ ਵੰਡੀ ਜਾ ਰਹੀ ਆ। 4 MPs ਆ ਪੰਜਾਬ 'ਚ ਆਮ ਆਦਮੀ ਪਾਰਟੀ ਦੇ, ਉਹਨਾਂ ਚਾਰਾਂ ਦੇ ਵਿੱਚੋਂ ਦੋ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ। ਕਾਫੀ ਜਿਹੜੇ ਸਾਡੇ ਹੁਣ ਤੱਕ ਜਿਹੜੇ ਕਾਲਰਸ ਨੇ ਸਾਨੂੰ ਕਾਲ ਕੀਤੀ ਆ ਉਹ ਇਹੋ ਹੀ ਕਹਿ ਰਹੇ ਆ ਕਿ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਇਹ ਸਾਰੀ ਪਾਰਟੀ ਜਿਹੜੀ ਆ ਦੁਬਾਰਾ ਇੱਕ ਵਾਰੀ ਫਿਰ ਇਕੱਠੀ ਹੋ ਸਕੇ। ਦੇਖਦੇ ਹਾਂ ਕਿ ਸਾਡੇ ਹੋਰ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਆ ਉਹ ਇਹਦੇ ਬਾਰੇ ਆਪਣਾ ਕੀ ਵਿਊ ਪੁਆਇੰਟ ਦੇਣਾ ਚਾਹੁੰਦੇ ਆ। ਹੈਲੋ, ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੀਰ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਕੁਲਵੀਰ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਸੰਧੂ ਸਾਹਿਬ, ਇਹ ਗੱਲ ਦੋ ਮੈਂਬਰ ਪਾਰਲੀਮੈਂਟ ਦੀ ਨਹੀਂ, ਇਹਨਾਂ ਦੇ ਟੋਟਲ 4 ਮੈਂਬਰ ਪਾਰਲੀਮੈਂਟ ਆ ਪੂਰੇ ਹਿੰਦੁਸਤਾਨ 'ਚ ਜੀ। ਦੇਖੋ, ਇਹਨਾਂ ਨੂੰ ਇਹ ਚਾਹੀਦਾ ਵੀ ਜਿਹੜੇ 2 ਪਾਰਲੀਮੈਂਟ ਮੈਂਬਰ ਆ ਇਹਨਾਂ ਦੇ ਨਾਲ 4-5 ਲੱਖ ਵੋਟ ਜੁੜੀ ਹੈ ਜੀ। ਇਹਨਾਂ ਨੂੰ ਅਕਸਰ 4-5 ਲੱਖ ਵੋਟ ਪਈ ਆ ਤੇ ਤਾਂ ਇਹ ਮੈਂਬਰ ਪਾਰਲੀਮੈਂਟ ਬਣੇ ਜੀ। 4-5 ਲੱਖ ਵੋਟ ਦੀਆਂ ਭਾਵਨਾ ਨੂੰ ਇਹਨਾਂ ਨੇ ਰੱਦ ਕਰਤਾ, ਉਹਨਾਂ ਨੂੰ ਸਸਪੈਂਡ ਕਰਕੇ 4 ਲੱਖ 5 ਜਿੰਨੇ ਵੀ ਵੋਟ ਪੈਣੂ ਉਹਨਾਂ ਦੀਆਂ ਸਾਰੀਆਂ ਦੀਆਂ ਭਾਵਨਾ ਨੂੰ ਇਹਨਾਂ ਨੇ ਰੱਦ ਕਰਤਾ ਜੀ। ਤੇ 1 ਮੈਂਬਰ ਪਾਰਲੀਮੈਂਟ ਲਈ 4 MLA ਹਲਕੇ 'ਚ ਹੁੰਦੇ ਆ, 4 MLA ਜਿਹੜੀ ਗੱਲ ਦੱਸ ਰਿਹਾ ਉਹ ਇਹ ਆ ਕਿ ਕਾਂਗਰਸ ਜ਼ਰੂਰੀ ਨਹੀਂ, ਕਾਂਗਰਸ ਇੱਕ ਮਜਬੂਰੀ ਬਣ ਜਾਣੀ ਆ। ਕਾਂਗਰਸ ਕੋਈ ਜ਼ਰੂਰੀ ਨਹੀਂ ਲੇਕਿਨ ਕਾਂਗਰਸ ਲੋਕਾਂ ਦੀ ਮਜਬੂਰੀ ਬਣ ਜਾਏਗੀ, ਕਿਉਂਕਿ ਤੁਸੀਂ ਦੇਖੋ ਮਾਨ ਨੂੰ ਲੋਕਾਂ ਨੇ ਬੜੀਆਂ ਵੋਟਾਂ ਪਾ ਕੇ ਚੁਣਿਆ ਸੀ, ਬੜੀਆਂ ਵੋਟਾਂ ਪਾ ਕੇ, ਤੇ ਮਾਨ ਨੇ ਬਾਅਦ ਵਿੱਚ ਜੋ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਦੁਬਾਰਾ ਲੋਕਾਂ ਨੇ ਉਹਨੂੰ ਮੂੰਹ ਨਹੀਂ ਲਾਇਆ। ਇਹਨਾਂ ਨੂੰ ਬੜਾ ਧਿਆਨ ਨਾਲ ਸੋਚ ਕੇ ਚੱਲਣਾ ਚਾਹੀਦਾ। ਪੰਜਾਬ ਦੇ ਲੋਕ, ਦਿੱਲੀ ਵਾਲੇ ਲੋਕ ਨਹੀਂ, ਪੰਜਾਬ ਦੇ ਲੋਕ ਬੜੇ ਸਮਾਰਟ ਆ, ਜਿਹਨਾਂ ਨੇ ਬਾਹਰ ਆ ਕੇ ਮਿਹਨਤ ਕਰਕੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਗਏ ਆ। ਪੰਜਾਬ ਦੇ ਲੋਕ ਕੋਈ ਮਾੜੇ ਮੋਟੇ ਲੋਕ ਨਹੀਂ, ਦਿੱਲੀ ਵਰਗੇ ਲੋਕ ਨਹੀਂ ਪੰਜਾਬ ਦੇ ਜੀ ਜੀ। ਪੰਜਾਬ ਇੱਕ ਜੋ ਵੀ ਅੱਜ ਐਜੀਟੇਸ਼ਨ ਹੋਇਆ ਪੰਜਾਬ ਤੋਂ ਸ਼ੁਰੂ ਹੋਇਆ, ਜਿੰਨੇ ਵੀ ਹਿੰਦੁਸਤਾਨ 'ਚ ਐਜੀਟੇਸ਼ਨ ਹੋਇਆ ਪੰਜਾਬ ਦੇ ਲੋਕਾਂ ਨੇ ਜਾ ਕੇ ਇੰਗਲੈਂਡ ਵਿੱਚ ਜਨਰਲ ਡਾਇਰ ਨੂੰ ਮਾਰਿਆ, ਪੰਜਾਬ ਦੇ ਲੋਕਾਂ ਨੇ, ਭਗਤ ਸਿੰਘ ਪੰਜਾਬ ਦਾ ਸੀ। ਉਹਨਾਂ ਲੋਕ ਬੜੇ ਸਮਾਰਟ ਲੋਕ ਨੇ, ਇਹਨਾਂ ਨੂੰ ਬੜਾ ਧਿਆਨ ਨਾਲ ਚੱਲਣਾ ਪਏਗਾ ਜੇ ਇਹਨਾਂ ਨੇ ਜਿੱਤਣਾ ਤੇ। ਬਿਲਕੁਲ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਕੁਲਵੀਰ ਸਿੰਘ ਜੀ, ਬਿਲਕੁਲ ਸਹੀ ਗੱਲ ਕਹੀ।
ਕਿ ਆਮ ਆਦਮੀ ਪਾਰਟੀ ਨੂੰ ਬਹੁਤ ਧਿਆਨ ਨਾਲ ਚੱਲਣਾ ਚਾਹੀਦਾ, ਇੰਨੀ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਵੀ ਜੋ ਬਾਕੀ ਥਾਵਾਂ 'ਤੇ ਕਾਮਯਾਬ ਹੋ ਗਿਆ ਇੱਥੇ ਵੀ ਹੋਜੂਗਾ। ਇਨਫੈਕਟ ਇਹ ਲੋਕ ਅਪਣਾਉਂਦੇ ਵੀ ਬਹੁਤ ਛੇਤੀ ਆ ਅਤੇ ਛੱਡਦੇ ਵੀ ਬਹੁਤ ਛੇਤੀ ਆ। ਤੁਹਾਨੂੰ ਤੁਸੀਂ ਆਪੇ ਹੀ ਇਗਜ਼ਾਮਪਲ ਦਿੱਤਾ ਸਿਮਰਨਜੀਤ ਸਿੰਘ ਮਾਨ ਦਾ, ਜਿਹਨਾਂ ਨੂੰ 1989 ਦੇ ਵਿੱਚ ਬਹੁਤ ਬਹੁਤ ਮਿਲੀ ਸੀ, ਬਹੁਤ ਚੰਗੀਆਂ ਵੋਟਾਂ ਮਿਲੀਆਂ ਸੀ, ਔਰ ਇੱਕ ਸਾਲ ਦੇ ਵਿੱਚ ਵਿੱਚ ਜਦੋਂ ਵੇਖਿਆ ਉਹਨਾਂ ਨੇ ਕਿ ਉਹਨਾਂ ਨੇ ਉਹ ਸਾਰਾ ਜਿਹੜਾ ਫਿਲਟਰ ਵੇ ਕਰਤਾ ਵਾ ਉਹਦਾ ਕੋਈ ਫਾਇਦਾ ਨਹੀਂ ਲਿਆ, ਔਰ ਉਹ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ ਜ਼ਿੰਮੇਵਾਰੀ ਉਹਨਾਂ ਸੰਭਾਲੀ ਨਹੀਂ ਪਾਰਲੀਮੈਂਟ ਦੇ ਵਿੱਚ ਜਾ ਕੇ, ਤਾਂ ਉਹਨਾਂ ਨੂੰ ਇੱਕ ਸਾਲ ਦੇ ਵਿੱਚ ਵਿੱਚ ਛੱਡ ਦਿੱਤਾ। ਬਿਲਕੁਲ ਸਹੀ ਉਹਨਾਂ ਨੇ ਕਿਹਾ, ਕਿਉਂਕਿ ਉਹਨਾਂ ਨੇ ਗੱਲ ਕੀਤੀ ਆ ਚਾਰ MPs ਦੀ। ਮੈਂ ਕੁਝ ਅੰਕੜੇ ਦੇਣੇ ਚਾਹੁੰਦਾ, ਇਹ ਅੰਕੜੇ ਜਿਹੜੇ ਆ ਪੰਜਾਬ ਦੇ 2014 ਦੀਆਂ ਚੋਣਾਂ ਦੇ, ਇਹ ਦੱਸਦੇ ਆ ਕਿ ਆਮ ਆਦਮੀ ਪਾਰਟੀ ਕਿਵੇਂ ਉਸ ਵੇਲੇ ਉੱਭਰ ਕੇ ਆਈ ਸੀਗੀ। ਤੁਹਾਨੂੰ ਬਹੁਤ ਸਾਰਿਆਂ ਨੂੰ ਸ਼ਾਇਦ ਪਤਾ ਹੋਊਗਾ ਕਿ ਪੰਜਾਬ 'ਚ ਟੋਟਲ 13 ਲੋਕ ਸਭਾ ਸੀਟਾਂ ਨੇ, ਜਿਹਨਾਂ 'ਚੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ 4-4 ਸੀਟਾਂ ਜਿੱਤੀਆਂ ਸਨ, ਕਾਂਗਰਸ ਨੇ 3 ਅਤੇ ਭਾਜਪਾ ਨੇ 2 ਸੀਟਾਂ ਜਿੱਤੀਆਂ ਸਨ। ਕਿਉਂਕਿ ਇਹ 13 ਸੀਟਾਂ ਜਿਹੜੀਆਂ ਵਾ ਇਹ ਅੱਗੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ। ਆਮ ਆਦਮੀ ਪਾਰਟੀ ਜਿਹੜੀ ਆ ਉਹ 2014 ਦੇ ਵਿੱਚ 117 'ਚੋਂ 36 ਸੀਟਾਂ 'ਤੇ ਨੰਬਰ 1 ਸੀ ਅਤੇ 25 ਸੀਟਾਂ 'ਤੇ ਨੰਬਰ 2 'ਤੇ ਸੀ, ਸੈਗਮੈਂਟਸ ਦੇ ਵਿੱਚ ਨੇ ਲੀਡ ਕੀਤੀ ਸੀ। ਆਮ ਆਦਮੀ ਪਾਰਟੀ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਇਸ ਦੇ ਬਾਵਜੂਦ ਸੀ ਕਿ ਪਾਰਟੀ ਦਾ ਰਾਜ ਵਿੱਚ ਕੋਈ ਢਾਂਚਾ ਉਸ ਵੇਲੇ ਮੌਜੂਦ ਨਹੀਂ ਸੀ। ਜੇ ਵੋਟ ਸ਼ੇਅਰ ਦਾ ਅੰਦਾਜ਼ਾ ਲਈਏ ਤਾਂ ਆਮ ਆਦਮੀ ਪਾਰਟੀ ਨੂੰ ਕਰੀਬ 24.4 ਆਲਮੋਸਟ 25% ਵੋਟਾਂ ਦਾ ਸ਼ੇਅਰ ਜਿਹੜਾ ਸੀ ਉਹ ਮਿਲਿਆ ਸੀ। ਸੋ ਇੰਝ ਲੱਗਦਾ ਹੈ ਕਿ ਵਿਰੋਧੀ ਧਿਰਾਂ ਦਾ ਜ਼ਿਆਦਾ ਗੁੱਸਾ ਇਸ ਵੇਲੇ ਇੱਕ ਤਾਂ ਸੁੱਚਾ ਸਿੰਘ ਛੋਟੇਪੁਰ ਦੇ ਉੱਤੇ ਆ, ਦੂਜਾ ਸੰਜੇ ਸਿੰਘ ਦੇ ਉੱਪਰ ਆ। ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਸੰਜੇ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਹੋਇਆ ਹੈ, ਔਰ ਇਹ ਸੰਜੇ ਸਿੰਘ ਅੰਨਾ ਹਜ਼ਾਰੇ ਵੱਲੋਂ ਚਲਾਏ ਗਏ ਅੰਦੋਲਨ ਦੇ ਵੇਲੇ ਤੋਂ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੇ ਆ, ਬਹੁਤ ਕਮਿਟਡ ਨੇ ਆਮ ਆਦਮੀ ਪਾਰਟੀ ਵਜੋਂ, ਲੇਕਿਨ ਉਹਨਾਂ ਨੂੰ ਪੰਜਾਬ ਦੇ ਵਿੱਚ ਇੰਝ ਲੱਗ ਰਿਹਾ ਵਾ ਵੀ ਇੱਥੋਂ ਦੇ ਜਿਹੜੇ ਲੀਡਰ ਆ ਉਹ ਐਕਸੈਪਟ ਨਹੀਂ ਕਰ ਰਹੇ। ਵੈਸੇ ਤਾਂ ਇਹ ਯੂਪੀ ਦੇ, ਜਿਵੇਂ ਦੱਸਿਆ, ਯੂਪੀ ਦੇ ਵਾਸੀ ਆ, ਪਰ ਪਿਛਲੇ ਕਈ ਮਹੀਨਿਆਂ ਤੋਂ ਇੱਥੇ ਇੱਕ ਹੋਰ ਆਪ ਦੇ ਲੀਡਰ ਦੁਰਗੇਸ਼ ਪਾਠਕ ਦੇ ਨਾਲ ਉਹ ਇੱਥੇ ਪੰਜਾਬ 'ਚ ਆ ਕੇ ਸਰਗਰਮ ਨੇ, ਉਹ ਪਾਰਟੀ ਦਾ ਇੱਥੇ ਢਾਂਚਾ ਬਣਾਉਣ ਦੇ ਵਿੱਚ ਜੁਟੇ ਹੋਏ ਨੇ। ਕਿਉਂਕਿ ਦੁਰਗੇਸ਼ ਪਾਠਕ ਬਹੁਤਾ ਸਾਹਮਣੇ ਨਹੀਂ ਆਏ, ਉਹਨਾਂ ਖਿਲਾਫ਼ ਹਾਲੇ ਕੋਈ ਗੱਲ ਨਹੀਂ ਹੋ ਰਹੀ, ਲੇਕਿਨ ਸੰਜੇ ਸਿੰਘ ਨਾਲ ਕਾਫ਼ੀ ਲੋਕ ਨਾਰਾਜ਼ ਨੇ। ਇਸੇ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ, ਕਿਉਂਕਿ ਉਹ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਰਹੇ ਆ, ਇਸ ਕਰਕੇ ਉਹਨਾਂ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਾਹਰੋਂ ਪੰਜਾਬ ਦੇ ਉੱਤੇ ਇਹਨਾਂ ਨੂੰ ਥੋਪਿਆ ਗਿਆ ਵਾ। ਪੰਜਾਬ ਦੇ ਵਿੱਚ ਇਨਰ ਪਾਰਟੀ ਡੈਮੋਕ੍ਰੇਸੀ ਦਾ ਇਸਤੇਮਾਲ ਨਹੀਂ ਹੋਇਆ। ਉੱਧਰ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਧੜੇ ਦਾ ਇਹ ਕਹਿਣਾ ਹੈ ਕਿ ਡਾਕਟਰ ਗਾਂਧੀ ਅਤੇ ਖਾਲਸਾ ਵਰਗੇ ਲੋਕ ਅਕਾਲੀ ਭਾਜਪਾ ਦੇ ਨਾਲ ਰਲੇ ਹੋਏ ਨੇ ਅਤੇ ਉਹ ਆਪ ਦਾ ਪੰਜਾਬ 'ਚ ਨੁਕਸਾਨ ਕਰ ਰਹੇ ਨੇ। ਉਹ ਸੰਜੇ ਸਿੰਘ, ਇਨਫੈਕਟ ਉਹ ਲੋਕ ਜਿਹੜੇ ਆ ਉਹ ਕਹਿੰਦੇ ਆ ਕਿ ਹਰਿੰਦਰ ਸਿੰਘ ਖਾਲਸਾ ਦਾ ਜਿਹੜਾ ਬੈਕਗਰਾਊਂਡ ਆ ਉਹਦੇ ਬਾਰੇ ਦੱਸਦੇ ਕਿ ਉਹ ਪੁਰਾਣੇ ਅਕਾਲੀ ਦਲ ਦੇ ਲੀਡਰ ਰਹੇ ਨੇ। ਇਸੇ ਤਰ੍ਹਾਂ ਹੀ ਉਹ ਕਿਸੇ ਵੇਲੇ ਉਹ ਵਾਜਪਾਈ ਸਰਕਾਰ ਵੇਲੇ ਉਹ ਸ਼ਡਿਊਲ ਕਾਸਟ ਜਿਹੜਾ ਕਮਿਸ਼ਨ ਆ, ਨੈਸ਼ਨਲ ਕਮਿਸ਼ਨ, ਉਹਦੇ ਮੈਂਬਰ ਵੀ ਰਹੇ ਨੇ। ਇਨਫੈਕਟ ਆਪ ਦੇ ਲੀਡਰ ਹਿੰਮਤ ਸਿੰਘ ਸ਼ੇਰਗਿੱਲ ਨੇ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ ਉੱਥੇ ਹਾਰ ਗਏ ਸੀ, ਉਹਨਾਂ ਨੇ ਇਹ ਇਲਜ਼ਾਮ ਜਿਹੜਾ ਵਾ ਖਾਲਸਾ ਦੇ ਖਿਲਾਫ਼ ਸ਼ਰੇਆਮ ਲਾਇਆ ਵਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ। ਹਾਂਜੀ ਹਾਂਜੀ ਅੰਕਲ ਜੀ, ਸੁੱਚਾ ਸਿੰਘ ਨੇ ਨਾ ਇਹਨੇ ਪਾਰਟੀ ਦਾ ਤਹਿਸ ਨਹਿਸ ਕਰਕੇ ਛੱਡਣਾ, ਤਾਂ
ਜਿਹੜੇ ਵਧੀਆ ਈਮੇਜ ਵਾਲੇ ਬੰਦੇ ਆ, ਜੁਰਮ ਵਾਲੇ ਬੰਦੇ ਆ, ਉਹਨਾਂ ਨੂੰ ਬਾਹਰ ਕੱਢੀ ਜਾਂਦਾ ਆ, ਇਹਨੇ ਗਾਂ ਵੀ ਕੱਢੀ ਜਾਣੇ ਉਹ ਸਾਰੇ ਬਾਹਰ। ਚਲੋ ਅੰਕਲ ਜੀ, ਜਿਹੜਾ ਤਾਂ ਪਿਛੋਕੜ ਵਾ, ਇਹ ਪਹਿਲਾਂ ਵੀ ਤਾਂ ਇੱਦਾਂ ਦਾ ਹੀ ਆ, ਜਦੋਂ ਪਹਿਲਾਂ ਆਪਣੀ ਕੌਮ ਨਾਲ ਗਦਾਰੀ ਕਰ ਸਕਦਾ ਸੈਂਟਰ ਨਾਲ ਮਿਲ ਕੇ, ਉਦੋਂ ਵੀ ਅੰਕਲ ਜਿਹੜਾ ਜਿਹਨੇ ਨਾ ਐਲੀਗੇਸ਼ਨ ਧਰਮਵੀਰ ਗਾਂਧੀ ਤੇ ਜਾਂ ਹਰਿੰਦਰ ਸਿੰਘ ਖਾਲਸਾ ਤੇ ਲਾਇਆ, ਉਦੋਂ ਇਹਨਾਂ ਨੇ ਕਹਿ ਦਿੱਤਾ ਸੀਗਾ ਭਿੰਡਰਾਂ ਵਾਲਾ ਜਿਹੜਾ ਉਹ ਕਾਂਗਰਸ ਦਾ ਏਜੰਟਾਂ ਤੇ ਕੌਮ ਦਾ ਗਦਾਰ, ਗਦਾਰੀਆਂ ਜਦ ਆਪ ਕਰਦੇ ਸੀਗੇ ਉਹਨਾਂ ਦੀ ਏਜੰਸੀਆਂ ਨਾਲ ਮਿਲ ਕੇ ਸੈਂਟਰ ਦੀਆਂ ਦੇ ਨਾਲ ਇਹਨਾਂ ਨੇ ਨਜਾਇਜ਼ ਕਤਲ ਚੀਕ ਕਰਾਏ, ਭਈਆ ਲੱਭੋ ਸਦਕੇ ਤੇ ਹੋਰ ਲੋਕਾਂ ਤੋਂ, ਹਨਾ। ਇਹ ਅੰਕਲ ਜੀ ਆਪ ਤਾਂ ਇਹ ਗਦਾਰੀਆਂ ਕਰੇ, ਇਹ ਕਿੱਥੇ ਵੀ ਤੱਕ ਪਹੁੰਚ ਸਕਦਾ ਸੁੱਚਾ ਸਿੰਘ ਛੋਟੇਪੁਰ, ਇਹ ਲੌਂਗੋਵਾਲ ਤੇ ਸੁਰਜੀਤ ਸਿੰਘ ਬਰਨਾਲੇ ਦੇ ਚੇਲਾ ਆ, ਉਦੋਂ ਵੀ ਇਹਨੇ ਉਹਨਾਂ ਨਾਲ ਰਲ ਕੇ ਏਜੰਸੀਆਂ ਦੇ ਥਰੂ ਪੰਜਾਬ ਵਿੱਚ ਗਲਤ ਕੀਤਾ, ਸਿਰਫ ਅਟੈਕ ਦੇ ਵਿੱਚ ਹਿੱਸੇਦਾਰੀ ਕਰਨ ਵਾਸਤੇ। ਅੰਕਲ ਇਹਨੇ ਹੁਣ ਨਾ ਇਹ ਪਾਰਟੀ ਜਿਹੜੀ ਆ, ਆਮ ਪਾਰਟੀਆਂ ਨੇ ਇਹਦਾ ਵਿਦੇ ਨਾਸ ਕਰਨਾ, ਇਹ ਖੁਦ ਰਲਿਆ ਆ ਬਾਦਲਾਂ ਦੇ ਨਾਲ ਜਾਂ ਹੋਰ ਪਾਰਟੀਆਂ ਦੇ ਨਾਲ, ਪਰ ਇਲਜ਼ਾਮ ਗਾਂਧੀ ਹੁਣਾਂ ਤੇ ਲਾਉਂਦਾ ਆ, ਇਹਦੀ ਫਿਤਰਤ ਆ, ਇਹ ਆਪਣੀ ਫਿਤਰਤ ਤੋਂ ਬਾਜ ਨਹੀਂ ਆ ਸਕਦਾ, ਇਹਨੂੰ ਨਾ ਪਾਰਟੀ ਚੋਂ ਕੱਢ ਦੇਣਾ ਹੀ ਚੰਗਾ ਰਹੂਗਾ, ਜੇ ਆਮ ਪਾਰਟੀ ਸਹੀ ਮਾਇਨਿਆਂ ਦੇ ਵਿੱਚ ਇਹਨਾਂ ਨੇ ਚਲਾਉਣੀ ਆ। ਸੁੱਚਾ ਸਿੰਘ ਛੋਟੇਪੁਰ ਨੂੰ ਤੁਸੀਂ ਕੱਢਣਾ ਚਾਹੁੰਦੇ ਜੇ, ਤੇ ਉਹਨਾਂ ਦੇ ਥਾਂ ਤੇ ਕਨਵੀਨਰ ਕਿਹਨੂੰ ਲਾਉਣਾ ਚਾਹੁੰਦੇ ਜੇ? ਅੰਕਲ ਕੋਈ ਵੀ ਲੱਗ ਜਾਵੇ ਵਧੀਆ ਬੰਦਾ, ਪਰ ਇਹ ਨਹੀਂ ਹੋਣਾ ਚਾਹੀਦਾ, ਇਹਨੇ ਪਾਰਟੀ ਦਾ ਬੇੜਾ ਗਰਕ ਕਰਨਾ ਹੀ ਆ। ਕੋਈ ਵੀ ਇਹਨਾਂ ਦੇ ਥਾਂ ਤੇ ਲੱਗ ਜਾਵੇ, ਸੁਖਪ੍ਰੀਤ ਕੌਰ ਦਾ ਇਹ ਕਹਿਣਾ ਵੀ ਸੁੱਚਾ ਸਿੰਘ ਛੋਟੇਪੁਰ ਨੂੰ ਹਰ ਹਾਲਤ ਦੇ ਵਿੱਚ ਹਰਾਉਣਾ ਚਾਹੀਦਾ, ਨਹੀਂ ਤੇ ਉਹ ਪਾਰਟੀ ਦਾ ਤਹਿਸ ਨਹਿਸ, ਇਹ ਇਸਤੇਮਾਲ ਵਰਡ ਉਹਨਾਂ ਨੇ ਕੀਤਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲਾਸ ਏਂਜਲਸ ਤੋਂ। ਹਾਂਜੀ ਸ਼ਮਸ਼ੇਰ ਸਿੰਘ ਜੀ, ਦੇਖੋ ਜੀ, ਆਹ ਰੱਖੜ ਪੁੰਨਿਆ ਤੇ ਜਿਹੜੀ ਆਮ ਆਦਮੀ ਪਾਰਟੀ ਆ, ਦੋ ਫਾੜ ਨਹੀਂ ਬਲਕਿ ਇਸ ਨੂੰ ਅਸੀਂ ਤਿੰਨ ਫਾੜ ਕਹਿ ਸਕਦੇ, ਕਿਉਂਕਿ ਪਹਿਲਾਂ ਵੀ ਇੱਕ ਫਾੜ ਇਹਦਾ ਹੋ ਚੁੱਕਿਆ ਜੀ। ਇਹਦੇ ਇਸ ਸੰਬੰਧੀ ਮੇਰੇ ਦੋ ਤਿੰਨ ਕਮੈਂਟ ਨੇ, ਇੱਕ ਲਾਈਨ ਦੇ ਮੈਂ ਦਊਂਗਾ, ਬਾਹਲਾ ਟਾਈਮ ਨਹੀਂ ਲਾਉਂਦਾ। ਨੰਬਰ ਇੱਕ ਜੀ, ਪੰਜਾਬ ਦੇ ਲੋਕਾਂ ਲਈ ਇਹ ਗੱਲ ਬੜੀ ਸੰਤੁਸ਼ਟੀ ਵਾਲੀ ਹੈ ਜੀ, ਕਿ ਜਿਸ ਨੂੰ ਪੰਜਾਬ ਦੇ ਵਿੱਚ ਬਾਬਾ ਅੰਨਾ ਹਜ਼ਾਰੇ ਨਾਲ ਜਾਣਿਆ ਜਾਂਦਾ, ਡਾਕਟਰ ਗਾਂਧੀ ਸਾਹਿਬ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਿਹੜੀ ਵਾਂਗਡੋਰ ਆ ਉਹ ਆਪਦੇ ਹੱਥ 'ਚ ਲੈਣ। ਸੋ ਤੁਹਾਨੂੰ ਲੱਗਦਾ ਵੀ ਡਾਕਟਰ ਗਾਂਧੀ ਜਿਹੜਾ ਵਾ ਉਹਨਾਂ ਨੂੰ ਉੱਭਰ ਕੇ ਆਉਣਾ ਚਾਹੀਦਾ ਔਰ ਉਹ ਸੰਭਾਲਣ ਪਾਰਟੀ ਨੂੰ, ਕਿਉਂਕਿ ਆਮ ਲੋਕ ਜਿਹੜੇ ਪੰਜਾਬ ਦੇ ਨੇ ਉਹ ਤਾਂ ਉਹਨੂੰ ਬਾਬਾ ਅੰਨੇ ਹਜ਼ਾਰਾਂ ਇੱਕ ਸਮਝਦੇ ਨੇ ਜੀ। ਹਾਂ, ਦੂਜੀ ਗੱਲ ਇਹ ਆ ਵੀ ਇਸ ਵਿੱਚ ਜਿਹੜੀ ਮੁੱਖ ਦੋ ਤਾੜ ਹੋਈ ਹੈ ਤੇ ਜਿਹੜਾ ਮੁੱਖ ਦੋਸ਼ੀ ਆ ਉਹ ਹੈਗਾ ਕੇਜਰੀਵਾਲ ਸਾਹਿਬ। ਓਕੇ, ਉਹਨਾਂ ਨੇ ਜਿਹੜੀ ਆ 50-60 ਬੰਦਿਆਂ ਦੀ ਫੌਜ ਹਮਕੋ ਤੁਮਕੋ ਵਾਲੇ ਸੂਬਿਆਂ ਚੋਂ ਭੇਜੀ ਆ ਪੰਜਾਬ 'ਚ, ਇਹ ਜਮਾਂ ਹੀ ਉਹ ਜਿਹੀ ਲੈਣ ਆ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਇੰਗਲੈਂਡ ਤੋਂ। ਓਕੇ ਓਕੇ, ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ। ਚਲੋ, ਬਾਹਲਾ ਟਾਈਮ ਨਹੀਂ ਮੈਂ ਲੈਂਦਾ, ਥੈਂਕ ਯੂ ਵੈਰੀ ਮੱਚ। ਮਿਹਰਬਾਨੀ। ਸ਼ਮਸ਼ੇਰ ਸਿੰਘ ਦਾ ਖਿਆਲ ਆ ਕਿ ਜਿਹੜੇ ਬਾਹਰੋਂ ਲੋਕ ਇੱਥੇ ਲਿਆਂਦੇ ਗਏ ਆ ਉਹਦੇ ਵਾਸਤੇ ਕੇਜਰੀਵਾਲ, ਅਰਵਿੰਦ ਕੇਜਰੀਵਾਲ ਆਪ ਜ਼ਿੰਮੇਵਾਰ ਨੇ। ਉਹਨਾਂ ਦਾ ਕਹਿਣਾ ਵਾ ਕਿ ਇਹ ਜਿਹੜੀ ਬਾਹਰੋਂ ਫੌਜ ਉਹਨਾਂ ਨੇ ਭੇਜੀ ਆ, ਹਮਕੋ ਤੁਮਕੋ, ਉਹਨਾਂ ਦਾ ਮਤਲਬ ਹੈ ਵੀ ਜਿਹੜੇ ਹਿੰਦੀ ਬੈਲਟ ਤੋਂ ਜਿਹੜੇ ਯੂਪੀ ਬਿਹਾਰ ਤੋਂ ਲੋਕ ਇੱਥੇ ਲਿਆਂਦੇ ਗਏ ਆ, ਉਹਨਾਂ ਦਾ ਇਸ਼ਾਰਾ ਮੇਰੇ ਖਿਆਲ ਸੰਜੇ ਸਿੰਘ ਔਰ ਦੁਰਗੇਸ਼ ਪਾਠਕ ਵੱਲ ਆ ਕਿ ਉਹ ਲੋਕ ਇੱਥੇ ਕਾਮਯਾਬ ਨਹੀਂ ਹੋ ਸਕਦੇ, ਇੱਥੋਂ ਦੇ ਲੋਕਾਂ ਨੂੰ ਹੀ ਕਾਮਯਾਬ ਕਰਨਾ। ਸ਼ਮਸ਼ੇਰ ਸਿੰਘ ਜੀ, ਵਾਕਈ ਤਾਂ ਵੈਸੇ ਤਾਂ ਗੱਲ ਠੀਕ ਹੈ ਤੁਹਾਡੀ, ਲੇਕਿਨ ਮੇਰਾ ਖਿਆਲ ਹੈ ਜਦੋਂ ਆਪਾਂ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਇੱਕ ਬਿਲਕੁਲ ਪੰਜਾਬ ਦੇ ਵਿੱਚ ਵੱਖਰੀ ਪਾਰਟੀ ਨਹੀਂ ਆਪਾਂ ਮੰਨ ਸਕਦੇ, ਥੋੜ੍ਹੀ ਬਹੁਤ ਤਾਲਮੇਲ ਤਾਂ ਦਿੱਲੀ ਦੇ ਨਾਲ ਜ਼ਰੂਰ ਰੱਖਣੀ ਪਊਗੀ ਔਰ ਉਹਦੇ ਵਾਸਤੇ ਉੱਥੋਂ ਦੇ ਬੰਦਿਆਂ ਨਾਲ ਗੱਲਬਾਤ ਵੀ ਕਰਨੀ ਪਊਗੀ ਔਰ ਉਹਨਾਂ 'ਚੋਂ ਜ਼ਾਹਿਰ ਹੈ ਕਿ ਜਿਹੜੇ ਬੰਦੇ ਦਿੱਲੀ ਦੇ ਜਾਂ ਯੂਪੀ ਦੇ ਜਾਂ ਬਿਹਾਰ ਦੇ ਆ ਉਹ ਦੂਜੀ ਜ਼ਬਾਨ ਕੋਈ ਜ਼ਰੂਰ ਬੋਲਦੇ ਹੋਣਗੇ। ਸੋ ਮੇਰੇ ਖਿਆਲ ਇੰਨੀ ਨਫ਼ਰਤ ਕਰਨ ਵਾਲੀ ਗੱਲ ਵੀ ਨਹੀਂ, ਉਹਨਾਂ ਨਾਲ ਮਿਲ ਕੇ ਹੀ ਚੱਲਣਾ ਪਊਗਾ।
ਪੰਜਾਬੀ ਜਿਹੜੇ ਆ ਡੈਫੀਨੇਟਲੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਜਿਹੜੀ ਪਹਿਲ ਮਿਲਣੀ ਚਾਹੀਦੀ ਆ, ਲੇਕਿਨ ਉਹਨਾਂ ਦੀ ਤਾਲਮੇਲ ਜਿਹੜੀ ਆ ਉਹ ਦਿੱਲੀ ਦੇ ਨਾਲ ਜਾਂ ਬਾਹਰ ਦੇ ਲੀਡਰ ਨਾਲ ਜ਼ਰੂਰ ਰੱਖਣੀ ਪਊ ਡਾਇਰੈਕਸ਼ਨ, ਕਿਉਂਕਿ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਆ। ਇਹ ਪਾਰਟੀ ਪੰਜਾਬ 'ਚੋਂ ਠੀਕ ਆ, ਉਹਨਾਂ ਦੇ ਸਾਰੇ ਚਾਰੇ ਐਮ ਪੀ ਪੰਜਾਬ ਦੇ ਨੇ, ਲੇਕਿਨ ਬੇਸਿਕਲੀ ਇਹ ਮੂਵਮੈਂਟ ਜਿਹੜੀ ਆ ਇਹ ਦਿੱਲੀ ਤੋਂ ਪੰਜਾਬ ਦੇ ਵਿੱਚ ਆਈ ਆ, ਕਿਉਂਕਿ ਜਿਹੜੀ ਪੰਜਾਬ ਦੀ ਆਪਣੀ ਮੂਵਮੈਂਟ ਸੀ, ਜਿਹੜੀ ਪੀਪਲਸ ਪਾਰਟੀ ਵਾਲੀ ਮੂਵਮੈਂਟ, ਜਿਹੜੀ ਮਨਪ੍ਰੀਤ ਬਾਦਲ ਵਾਲੀ ਮੂਵਮੈਂਟ ਸੀ, ਉਹ ਫਿਜ਼ਲ ਆਊਟ ਹੋ ਗਈ ਸੀ 2012 ਦੀਆਂ ਚੋਣਾਂ ਦੇ ਵਿੱਚ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂ, ਮੈਂ ਭੁਪਿੰਦਰ ਸਿੰਘ ਥਿੰਦ ਬੋਲ ਰਿਹਾ ਜੀ, ਬੇਕਰਸਫੀਲਡ ਕੈਲੀਫੋਰਨੀਆ। ਹਾਂਜੀ ਭੁਪਿੰਦਰ ਸਿੰਘ ਜੀ, ਸਵਾਗਤ ਹੈ, ਦੱਸੋ ਤੁਹਾਡਾ ਕੀ ਵਿਚਾਰ ਜੀ। ਹਾਂ ਜੀ, ਮੇਰੇ ਵਿਚਾਰ ਵਿੱਚ ਜਿਹੜੀ ਕੁੱਕੜ ਖੇ ਖਿਲਾਰੀ ਗਈ ਹੈ ਨਾ ਜੀ ਪੰਜਾਬ ਦੇ ਵਿੱਚ ਜੀ, ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਜਿਹੜਾ ਉਹ ਕੇਜਰੀਵਾਲ ਹੈ ਜੀ। ਹਾਂਜੀ, ਕੇਜਰੀਵਾਲ ਜਿਹੜਾ ਵਾ ਉਹ ਸਾਰੀ ਪਾਰਟੀ ਨੂੰ, ਵੈਸੇ ਵੀ ਜਿਸ ਤਰੀਕੇ ਨਾਲ ਉਹਨੇ ਜਿਹੜੇ ਪਾਰਟੀ ਦੇ ਸਭ ਤੋਂ ਵਧੀਆ ਬੰਦੇ ਸੀਗੇ, ਟੌਪ ਦੇ ਬੰਦੇ ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਨੇ ਪਾਰਟੀ ਖੜੀ ਕਰਨ ਦੇ ਵਿੱਚ ਯੋਗਦਾਨ ਦਿੱਤਾ ਸੀ ਜੀ, ਉਹਨਾਂ ਨੂੰ ਇੱਕਦਮ ਕੱਢ ਕੇ ਬਾਹਰ ਮਾਰਿਆ। ਔਰ ਕੇਜਰੀਵਾਲ ਵਿੱਚ ਇਹ ਯੋਗਤਾ ਹੀ ਨਹੀਂ ਹੈਗੀ ਕਿ ਉਹ ਪਾਰਟੀ ਵਿੱਚ ਜਿਹੜਾ ਦੂਸਰਾ ਪੀਣ ਇਹਨਾਂ ਨੂੰ ਨਾਲ ਲੈ ਕੇ ਚੱਲ ਸਕੇ। ਓਕੇ, ਹਾਂ, ਔਰ ਇਸ ਔਰ ਦੂਜੀ ਗੱਲ ਹੈ ਕਿ ਸਾਰੇ ਪੰਜਾਬ ਨੂੰ ਕੇਜਰੀਵਾਲ ਇਸ ਤਰੀਕੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿੱਦਾਂ ਪੰਜਾਬ ਕੋਈ ਬਸਤੀ ਹੋਵੇ। ਹਾਂ, ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰੋਲ ਹੋਣਾ ਚਾਹੀਦਾ ਪਾਰਟੀ ਵਿੱਚ ਬਹੁਤ ਜ਼ਿਆਦਾ। ਅਤੇ ਔਰ ਦੂਜੀ ਗੱਲ ਹੈ ਕਿ ਜਿਹੜੀ ਵੀ ਸੈਂਟਰ ਲੀਡਰਸ਼ਿਪ ਹੈਗੀ ਆ ਪੰਜਾਬ ਆਮ ਆਦਮੀ ਪਾਰਟੀ ਦੀ, ਉਹ ਸਾਰੀ ਦਿੱਲੀ ਬੇਸਡ ਆ, ਯੂਪੀ ਬੇਸਡ ਆ, ਬਿਹਾਰ ਬੇਸਡ ਆ, ਮਤਲਬ ਹਰਿਆਣਾ ਬੇਸਡ ਆ, ਪੰਜਾਬ ਦਾ ਸੈਂਟਰ ਲੀਡਰਸ਼ਿਪ ਦੇ ਵਿੱਚ ਕੋਈ ਰੋਲ ਨਹੀਂ ਹੈਗਾ। ਭੁਪਿੰਦਰ ਸਿੰਘ ਜੀ, ਇੱਕੋ ਹੀ ਇਹਦੇ 'ਚ ਪ੍ਰੋਬਲਮ ਆਉਂਦੀ ਆ, ਤੁਸੀਂ ਕਿਹਾ ਵੀ ਪੰਜਾਬ ਬੇਸਡ ਲੀਡਰਸ਼ਿਪ ਹੋਣੀ ਚਾਹੀਦੀ ਆ, ਪਰ ਪੰਜਾਬ ਦੇ ਜਿਹੜੇ ਲੀਡਰ ਆ ਉਹਨਾਂ ਦੀ ਆਪਸ ਦੇ ਵਿੱਚ ਕੋਈ ਸਹਿਮਤੀ ਨਹੀਂ ਹੋ ਰਹੀ ਵੀ ਅਸੀਂ ਕਿਹਨੂੰ ਪ੍ਰੋਜੈਕਟ ਕਰੀਏ। ਜੇ ਛੋਟਾਪੁਰ ਨੂੰ ਬਣਾਉਂਦੇ ਆ ਤਾਂ ਉਹਦੇ ਮਗਰ ਲੋਕ ਪੈ ਜਾਂਦੇ ਆ, ਜੇ ਕਿਸੇ ਹੋਰ ਲੀਡਰ ਨੂੰ ਤਾਂ ਕਰਦੇ ਆ ਤਾਂ ਫਿਰ ਉਹਦੇ ਨਾਲ ਲੋਕ ਨਹੀਂ ਚੱਲਦੇ। ਤੁਹਾਨੂੰ ਕੀ ਲੱਗਦਾ ਵਾ ਵੀ ਕਿਹੜਾ ਲੀਡਰ ਜਿਹੜਾ ਵਾ ਜਿਹਨੂੰ ਪ੍ਰੋਜੈਕਟ ਕਰਨ ਦੀ ਲੋੜ ਹੈ ਇੱਥੋਂ? ਨਹੀਂ, ਮੈਂ ਕਿਸੇ ਪੰਜਾਬ ਦੇ ਇੱਕ ਲੀਡਰ ਦੀ ਨਹੀਂ ਗੱਲ ਕਰਦਾ, ਮੈਂ ਕਰਦਾ ਕਿ ਜਦੋਂ ਉਹਨਾਂ ਦੀ ਨੀਤ ਨਹੀਂ ਸਾਫ਼ ਹੈਗੀ, ਜਿੱਦਾਂ ਪ੍ਰਗਟ ਸਿੰਘ ਹੋਣਾ ਨੇ ਕਿਹਾ ਸੀਗਾ ਨਾ ਜੀ, ਜਦੋਂ ਦਿੱਲੀ ਵਾਲਿਆਂ ਦੀ ਨੀਤ ਨਹੀਂ ਸਾਫ਼ ਹੈਗੀ, ਉਹ ਸਾਰਾ ਜਿਹੜਾ ਗੰਦ ਦਿੱਲੀਓਂ ਪਾਉਂਦੇ ਉਹ ਪੰਜਾਬ ਦੇ ਵਿੱਚ ਪੈ ਰਿਹਾ। ਜੇ ਉਹ ਸਹੀ ਹੋਣ, ਜੇ ਉਹ ਚੰਗੇ ਤਰੀਕੇ ਨਾਲ ਚੱਲਣ ਤਾਂ ਪੰਜਾਬ ਵਧੀਆ ਚੱਲ ਸਕਦਾ ਵਾ, ਲੀਡਰਸ਼ਿਪ ਵੀ ਉੱਭਰ ਸਕਦੀ ਆ ਜੀ। ਜੇ ਸਹੀ ਤਰੀਕੇ ਨਾਲ ਚੱਲਣ ਤਾਂ ਇੱਥੋਂ ਨਵੀਂ ਲੀਡਰਸ਼ਿਪ ਉੱਭਰ ਸਕਦੀ ਆ। ਪੰਜਾਬ ਨੂੰ ਇੱਕ ਬਸਤੀ ਵਜੋਂ ਨਹੀਂ ਵਰਤਣਾ ਚਾਹੀਦਾ, ਬਸਤੀ ਵਜੋਂ ਨਹੀਂ ਦੇਖਣਾ ਚਾਹੀਦਾ। ਪੰਜਾਬ ਇੱਕ ਬਹੁਤ ਅਹਿਮ ਸੂਬਾ ਵਾ, ਇਹਦੀ ਆਪਣੀ ਹੋਂਦ ਆ, ਆਪਣੀ ਪਹਿਚਾਣ ਆ, ਆਪਣੀ ਇਹਦੀ ਸੱਭਿਅਤਾ ਵਾ, ਔਰ ਉਹਨੂੰ ਪਛਾਣ ਕੇ ਇੱਥੋਂ ਦੀ ਲੀਡਰਸ਼ਿਪ ਜਿਹੜੀ ਆ ਉਹਨੂੰ ਪ੍ਰੋਜੈਕਟ ਕਰਨਾ ਚਾਹੀਦਾ। ਇਹ ਭੁਪਿੰਦਰ ਸਿੰਘ ਥਿੰਡ ਦਾ ਖਿਆਲ ਹੈ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕਾਲਰ ਜਿਹੜੇ ਆ ਦਰਸ਼ਕ ਕੀ ਕਹਿਣਾ ਚਾਹੁੰਦੇ, ਉਸ ਤੋਂ ਬਾਅਦ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ, 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 ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਹਰਦੀਪ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਹਰਦੀਪ ਸਿੰਘ? ਨਹੀਂ, ਹਰਦੇਵ ਸਿੰਘ ਬੋਲ ਰਹੇ। ਹਾਂਜੀ ਹਰਦੇਵ ਸਿੰਘ ਜੀ, ਦੱਸੋ ਕੀ ਵਿਚਾਰ ਰੱਖਣਾ ਚਾਹੁੰਦੇ ਤੁਸੀਂ? ਵਿਚਾਰ ਜੀ, ਇਹ ਜਨਤਾ ਜਿਹੜੀ ਆਪਣੇ ਇੱਥੋਂ ਨਿਊਯਾਰਕ ਬੈਠੇ ਜਾਂ ਬਾਹਰ ਬੈਠੇ ਸੱਜਣ ਆਪਣੇ ਨੇ ਕਈ ਵਿਚਾਰ ਦਿੰਦੇ ਨੇ ਜੀ, ਸੁੱਚਾ ਸਿੰਘ ਛੋਟੇਪੁਰ ਨੂੰ ਹਟਾ ਦੇਣਾ ਚਾਹੀਦਾ, ਦੂਜਾ ਸੰਜੇ ਸਿੰਘ ਮਾੜਾ ਜੀ, ਇਹ ਦੂਜੇ ਮਾੜੇ ਨੇ ਬਹੁਤ ਜ਼ਿਆਦੇ ਜੀ, ਪਰ ਇਹ ਸੁੱਚਾ ਸਿੰਘ ਛੋਟੇਪੁਰ ਦੀ ਜਗ੍ਹਾ ਹੋਰ ਕਿਹੜਾ ਕਾਬਲ ਬੰਦਾ ਜਿਹੜਾ ਇਹਨਾਂ ਦੇ ਅੱਗੇ ਆ ਸਕਦਾ ਇਸ ਟਾਈਮ? ਇਹ ਕੋਈ ਹੁਣ ਜਿਹੜਾ ਪਾਰਟੀ ਜੀ, ਇੱਕਦਮ ਪਾਰਟੀ ਤੋਂ ਕੋਈ ਤਿਆਰ ਕਰ ਨਹੀਂ ਸਕਦੀ ਬੰਦਾ, ਤੇ ਕੇਜਰੀਵਾਲ ਸਾਹਿਬ ਤੇ ਦੂਜੇ ਬਹੁਤ ਵਧੀਆ ਬੰਦੇ ਨੇ, ਬੜਾ ਵਧੀਆ ਚੱਲ ਰਿਹਾ ਇਹਨਾਂ ਦਾ ਕੰਮ, ਤੇ ਇਹ ਜਨਤਾ ਦਿੰਦੀ ਹੈ ਵੀ ਇਹ ਕੰਮ ਮਤਲਬ ਠੀਕ ਨਹੀਂ, ਪਰ ਉਹ ਜਿਹੜੇ ਅਸਲੀ ਨੇ ਜੋਗਿੰਦਰ ਯਾਦਵ ਜਾਂ ਦੂਜੇ ਬੰਦੇ ਨੇ, ਉਹ ਧੜੇ ਦੇ ਖਿਲਾਫ ਚੱਲ ਰਹੇ ਨੇ, ਉਹ ਹੀ ਪਾਰਟੀ ਨੂੰ ਖਰਾਬ ਕਰ ਰਹੇ ਨੇ, ਬਾਕੀ ਤੇ ਸਹੀ ਚੱਲ ਰਿਹਾ ਸਾਰਾ। ਸੋ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਬਿਲਕੁਲ ਸਹੀ ਚੱਲ ਰਹੇ ਆ? ਇੱਕੋ ਹੀ ਪ੍ਰੋਬਲਮ ਹੈ ਵੀ ਇਹ ਜਿਹੜੇ ਲੀਡਰ ਉਹਨਾਂ ਦੇ ਇੱਥੇ ਪੰਜਾਬ 'ਚ ਆ, ਉਹ ਬਾਕੀਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ, ਇਹ ਪ੍ਰੋਬਲਮ ਜ਼ਰੂਰ ਆ ਰਹੀ ਹੈ।
ਹਾਂਜੀ ਨਾਲ ਤੇ ਖੁਸ਼ ਤੇ ਸੰਧੂ ਸਾਹਿਬ ਕਿਸੇ ਤੇ ਸਾਰੀ ਦੁਨੀਆਂ ਤੇ ਖੁਸ਼ ਕਿਸੇ ਨੂੰ ਕੋਈ ਵੀ ਕਰ ਸਕਦਾ ਸਾਰਿਆਂ ਬੰਦਿਆਂ ਨੂੰ ਤੇ ਬਾਕੀ ਇਹਨਾਂ ਬਹੁਤ ਵਧੀਆ ਇਹਨਾਂ ਨੇ ਕੰਮ ਚਲਾ ਰਹੇ ਨੇ ਕੇਜਰੀਵਾਲ ਸਾਹਿਬ ਤੇ ਸੰਜੇ ਸਿੰਘ ਤੇ ਸਾਰੇ ਵਧੀਆ ਹੁਣ ਨਵੀਂ ਪਾਰਟੀ ਇੱਕਦਮ ਤੇ ਬੰਦਾ ਤਿਆਰ ਨਹੀਂ ਕਰ ਸਕਦੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਕੋਈ ਮਾੜਾ ਕੰਮ ਤੇ ਨਹੀਂ ਕੀਤਾ ਪਰ ਇਹ ਸਾਰੇ ਮਤਲਬ ਉਹਨਾਂ ਦੇ ਆਪ ਸਾਰੀ ਜਨਤਾ ਉਹਨਾਂ ਦੀ ਕਹੀ ਜਾਂਦੀ ਆਵਾਜ਼ ਉਠਾਉਂਦੀ ਹਰਦੇਵ ਸਿੰਘ ਜੀ ਇਨਫੈਕਟ ਬਹੁਤ ਇੰਟਰਸਟਿੰਗ ਡਿਬੇਟ ਹੋ ਰਹੀ ਆ ਵੱਖਰੇ ਵੱਖਰੇ ਵਿਚਾਰ ਆ ਰਹੇ ਆ ਕਾਫੀ ਲੋਕ ਅਰਵਿੰਦ ਕੇਜਰੀਵਾਲ ਦੀ ਸੰਜੇ ਸਿੰਘ ਦੀ ਛੋਟੇਪੁਰ ਦੀ ਆਲੋਚਨਾ ਕਰ ਰਹੇ ਆ ਕਾਫੀ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਬੋਲ ਰਹੇ ਆ ਇਹ ਇਨਫੈਕਟ ਅਸੀਂ ਜਿਹੜੀ ਚਰਚਾ ਵਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਪਰ ਹੁਣ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਜਲਦ ਵਾਪਸ ਆ ਕੇ ਆਮ ਆਦਮੀ ਪਾਰਟੀ ਦਾ ਵਿਚਾਰ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਡਿਸਕਸ਼ਨ ਜਿਹੜੀ ਹੈ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿਹੜਾ ਇੰਜ ਲੱਗ ਰਹੀ ਹੈ ਕਿ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾ ਰਹੀ ਆ ਕੀ ਇਸ ਵੰਡ ਤੋਂ ਬਾਅਦ ਜਾਂ ਜਿਹੋ ਜਿਹੀ ਵੰਡ ਹੋਣ ਜਾ ਰਹੀ ਆ ਇਸ ਤੋਂ ਬਾਅਦ ਉਹ ਸੱਤਾ ਦੀ ਦਾਅਵੇਦਾਰ 2017 ਦੇ ਵਿੱਚ ਹੋ ਸਕੇਗੀ ਇਹ ਗੱਲ ਅਸੀਂ ਅੱਜ ਵਿਚਾਰ ਰਹੇ ਹਾਂ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕੌਣ ਬੋਲ ਰਹੇ ਮੈਂ ਜੁਗਰਾਜ ਬੋਲ ਰਿਹਾ ਜੀ ਟੋਰਾਂਟੋ ਤੋਂ ਹਾਂਜੀ ਹਾਂਜੀ ਜੁਗਰਾਜ ਜੀ ਦੱਸੋ ਅਮਰ ਜੀ ਗੱਲ ਹੈਗੀ ਇਸ ਤਰ੍ਹਾਂ ਵੀ ਇਹ ਪਾਰਟੀ ਕੋਈ ਦੋ ਫਾੜ ਜਾਂ ਤਿੰਨ ਫਾੜ ਨਹੀਂ ਹੋ ਰਹੀ ਇੱਕੋ ਹੋ ਰਹੀ ਹੈ ਪਰ ਜਿਹੜੇ ਗਲਤ ਬੰਦੇ ਉਹ ਪਾਰਟੀ ਚੋਂ ਵਾਰ ਵਾਰ ਕੱਢੀ ਜਾ ਰਹੇ ਵਾਰੀ ਵਾਰੀ ਅਰਕ ਦੀ ਵਾਰੀ ਆ ਰਹੀ ਹੈ ਨਿਕਲ ਦੀ ਲਾਸਟ ਟਾਈਮ ਵੀ ਜਦੋਂ ਵੋਟਾਂ ਪਈਆਂ 2014 ਉਹ ਸਿਰਫ ਕੇਜਰੀਵਾਲ ਦੇ ਨਾਂ ਤੇ ਪਈਆਂ ਸੀ ਨਾ ਕਿ ਖਾਲਸਾ ਉਹਨਾਂ ਦੇ ਨਾਂ ਤੇ ਪਈਆਂ ਸੀ ਜਾਂ ਡਾਕਟਰ ਗਾਂਧੀ ਦੇ ਨਾਂ ਤੇ ਪਈਆਂ ਸੀ ਓਕੇ ਔਰ ਇਹ ਅੱਗੇ 2017 ਤੱਕ ਵੀ ਇਹੀ ਰਹੇਗਾ ਦੇਖੋ ਜੁਗਾ ਜੀ ਕੁਝ ਤੇ ਲੋਕਾਂ ਦਾ ਇੰਡੀਵਿਜੁਅਲ ਲੋਕਾਂ ਦਾ ਅਸਰ ਤੇ ਪੈਂਦਾ ਨਾ ਵੀ ਕਿਹੜੇ ਬੰਦੇ ਤੁਸੀਂ ਗਾਂ ਅੱਗੇ ਖੜੇ ਕਰਦੇ ਜੇ ਮੈਦਾਨ ਦੇ ਵਿੱਚ ਲੋਕਾਂ ਦਾ ਕੋਈ ਅਸਰ ਨਹੀਂ ਪੈਂਦਾ ਜੀ ਇੰਡੀਵਿਜੁਅਲ ਲੋਕਾਂ ਨੂੰ ਸਿਰਫ ਥੋੜੀ ਜਿਹੀ ਸੋਚਣੀ ਹੈ 2% ਬੰਦੇ ਲੈ ਜਾਓਗੇ ਉਸ ਤੋਂ ਬਾਅਦ ਜ਼ਿਆਦਾ ਨਹੀਂ ਕੋਈ ਜਾਂਦਾ ਬਾਕੀ ਹਰ ਇੱਕ ਨੂੰ ਪਤਾ ਕਿ ਕੌਣ ਸੀਗੇ ਤੇ ਕੌਣ ਗਲਤ ਹੈ ਜੀ ਓਕੇ ਸੋ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਇੱਕ ਇੱਕ ਕਰਕੇ ਜਿਹੜੇ ਬੰਦੇ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੇ ਉਹਨਾਂ ਨੂੰ ਕੱਢਣਾ ਹੀ ਚਾਹੀਦਾ ਵਾ ਔਰ ਇਹੋ ਹੀ ਹੋ ਰਿਹਾ ਵਾ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਮੈਂ ਦਲਵਿੰਦਰ ਸਿੰਘ ਸਿੱਧੂ ਬੋਲ ਰਿਹਾ ਜੀ ਨਿਊਯਾਰਕ ਤੋਂ ਹਾਂਜੀ ਹਾਂਜੀ ਸਿੱਧੂ ਸਾਹਿਬ ਦੱਸੋ ਤੁਹਾਡਾ ਕੀ ਵਿਊ ਪੁਆਇੰਟ ਹੈ ਆਮ ਆਦਮੀ ਪਾਰਟੀ ਨੇ ਪ੍ਰੋਵੇਲ ਕਰਨਾ ਜੀ ਅਰਵਿੰਦ ਕੇਜਰੀਵਾਲ ਨੇ ਜਦੋਂ ਲਾਸਟ 6 ਮੰਥ ਚ ਆ ਕੇ ਉਹ ਬਹਿ ਗਿਆ ਨਾ ਜੀ ਐਵਰੀਥਿੰਗ ਵਿਲ ਫਾਲ ਇਨ ਪਲੇਸ ਜਿਹੜੀ ਇਹ ਦੋ ਪਾਰਟੀ ਦੀ ਤੁਸੀਂ ਕਹਿ ਰਹੇ ਹੋ ਇੱਕ ਦਲਜੀਤ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਆ ਨਾ ਉਹਨਾਂ ਤੋਂ ਬਿਨਾਂ ਬਾਕੀ ਕਿਸੇ ਵੀ ਬੰਦੇ ਦਾ ਐਡਾ ਕੋਈ ਵਿਊ ਨਹੀਂ ਧਰਮਵੀਰ ਗਾਂਧੀ ਆਲਰੇਡੀ ਜੋਗਿੰਦਰ ਯਾਦਵ ਨਾਲ ਪਹਿਲੇ ਦਿਨੋਂ ਹੀ ਲੜੇ ਸੀ ਵੀ ਹੈਵ ਟੂ ਅੰਡਰਸਟੈਂਡ ਜੀ ਬਹੁਤ ਜ਼ਿਆਦਾ ਲੋਕਾਂ ਦਾ ਹੁੰਗਾਰਾ ਨਾਲ ਜਿਹੜੇ ਹਾਕਮ ਹੈ ਨਾ ਜੀ ਉਹ ਵੀ ਵਿੱਚ ਬਹੁਤ ਕੁਛ ਇਟਸ ਲੋਟ ਆਫ ਮਨੀ ਇਨਵੋਲਵ ਇਹ ਤੁਸੀਂ ਕੀ ਸੋਚਦੇ ਹੋ ਵੀ ਇਹ ਬਾਕੀ ਇਹ ਸਾਰਾ ਕੁਛ ਦੇਖੀ ਜਾਣਗੇ ਤੇ ਇਹ ਪ੍ਰਵੇਲ ਕਰ ਜਾਣਗੇ ਐਂ ਨਹੀਂ ਹੋਊਗਾ ਵੀ ਹੈਵ ਟੂ ਅੰਡਰਸਟੈਂਡ ਦਾ ਫੈਕਟ ਕਿ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੇ ਵੋਟਾਂ ਪਾਈਆਂ ਹਰਿੰਦਰ ਸਿੰਘ ਖਾਲਸੇ ਦਾ ਤੁਸੀਂ ਵੀ ਪਰਸਨਲ ਤੌਰ ਤੇ ਜਾ ਰਹੇ ਹੋ ਜਾਣਦੇ ਹੋ ਕੀ ਹੋ ਰਿਹਾ ਕਿ ਉਹਦੇ ਬੇਟੇ ਨੂੰ ਕਿਹੜੀ ਸੀਟ ਉਹਨਾਂ ਨੇ ਆਲਰੇਡੀ ਦਿੱਤੀ ਹੈ ਜਾਂ ਉਹ ਇਲੈਕਸ਼ਨ ਲੜਨੀ ਹੈ ਇਟਸ ਲੋਟ ਆਫ ਸਟੱਫ ਗੋਇੰਗ ਔਨ ਭਰਮ ਜਾਂ ਭੁਲੇਖਾ ਨਹੀਂ ਪੈਣਾ ਚਾਹੀਦਾ ਪੰਜਾਬੀਆਂ ਨੂੰ ਅਕਰੋਸ ਦਾ ਗਲੋਬ ਬਹੁਤ ਜ਼ਿਆਦਾ ਉਮੀਦ ਹੈ ਅਕਰੋਸ ਦਾ ਗਲੋਬ ਜਿੰਨਾ ਐਨ ਆਰ ਆਈ ਬੈਠਾ ਆਮ ਆਦਮੀ ਦੇ ਪ੍ਰਤੀ ਬਹੁਤ ਜ਼ਿਆਦਾ ਪ੍ਰੋ ਹੈ ਅਰਵਿੰਦ ਕੇਜਰੀਵਾਲ ਸਾਨੂੰ ਸਿੱਖਾਂ ਨੂੰ ਜਿੰਨਾ ਆਉਣ ਵਾਲੇ 60 ਪਹਿਲਾਂ ਦੇ ਜਿਹੜੇ 60-70 ਸਾਲਾਂ 'ਚ ਜਿੰਨਾ ਅਰਵਿੰਦ ਕੇਜਰੀਵਾਲ ਨੇ
ਸਿੱਖਾਂ ਦੇ ਪ੍ਰਤੀ ਹਾਦਾ ਨਾਦਾ ਮਾਰਿਆ, ਕਿਸੇ ਨੇ ਨਹੀਂ ਮਾਰਿਆ। ਸੋ ਕੋਈ ਵੀ, ਮੈਂ ਤਾਂ ਥੋੜ੍ਹਾ ਜਿਹਾ ਡਿਸਅਪੋਇੰਟ ਹਾਂ, ਤੁਸੀਂ ਵੀ ਪਲੀਜ਼ ਇਹ ਨਾ ਮਾੜਾ ਜਿਹਾ ਪ੍ਰੋਗਰਾਮ ਲਿਆਉਣ ਲੱਗੇ, ਮਾੜਾ ਜਿਹਾ ਖਿਆ ਕਰੋ। ਸਾਡੀਆਂ ਬਹੁਤ ਜ਼ਿਆਦਾ ਭਾਵਨਾਵਾਂ ਜੁੜੀਆਂ ਨੇ ਸੰਧੂ ਸਾਹਿਬ। ਦੇਖੋ ਭਾਈ ਸਾਹਿਬ, ਬਿਲਕੁਲ ਭਾਵਨਾਵਾਂ, ਮੈਂ ਕੌਨਸ਼ੀਅਸ ਹੈ ਇਸ ਗੱਲ ਤੋਂ ਵੀ ਇਹ ਭਾਵਨਾਵਾਂ ਜੁੜੀਆਂ ਵਾ। ਹਾਲੀ ਵੀ ਬਹੁਤੇ ਜਿਹੜੇ ਆ ਉਹ ਅਰਵਿੰਦ ਕੇਜਰੀਵਾਲ ਦੀ ਸਹੁੰ ਲੋਕ ਚੁੱਕਦੇ ਆ, ਲੇਕਿਨ ਜਿਹੜੀ ਹਕੀਕਤ ਆ ਉਹਦੇ ਬਾਰੇ ਡਿਸਕਸ਼ਨ ਕਰਨਾ ਇਹ ਸਾਡਾ ਐਜ਼ ਅ ਜਰਨਲਿਸਟ ਸਾਡਾ ਇੱਕ ਫਰਜ਼ ਆ। ਜੇ ਅਸੀਂ ਇਹ ਫਰਜ਼ ਨਹੀਂ ਨਿਭਾਵਾਂਗੇ ਤਾਂ ਉਸ ਅਸੀਂ ਆਪਣਾ ਸਹੀ ਫਰਜ਼, ਅਸੀਂ ਆਪਣੀ ਸਹੀ ਡਿਊਟੀ ਨਹੀਂ ਕਰਾਂਗੇ। ਬਿਲਕੁਲ ਠੀਕ ਆ, ਇਸ ਵੇਲੇ ਇਨਫੈਕਟ ਪਿਛਲੇ ਦੋ ਤਿੰਨ ਕਾਲਰ ਜਿਹੜੇ ਆ ਉਹਨਾਂ ਨੇ ਲਗਾਤਾਰ ਇਹ ਕਿਹਾ ਵਾ ਕਿ ਇਸ ਵੇਲੇ ਬਹੁਤੇ ਲੋਕ ਜਿਹੜੇ ਆ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਹੀ ਜੁੜੇ ਆ, ਉਹਨਾਂ ਦੇ ਨਾਂ 'ਤੇ ਹੀ ਵੋਟਾਂ ਅੱਗੇ ਪਈਆਂ, ਉਹਨਾਂ ਦੇ ਨਾਂ 'ਤੇ ਹੀ ਵੋਟਾਂ ਪੈਣਗੀਆਂ। ਔਰ ਜਦੋਂ 6 ਮਹੀਨੇ ਅਖੀਰਲੇ 6 ਮਹੀਨੇ ਜਿੱਥੇ ਆ ਕੇ ਉਹ ਬੈਠ ਗਏ ਤਾਂ ਸਭ ਕੁਝ, ਐਵਰੀਥਿੰਗ ਵਿਲ ਫਾਲ ਇਨ ਪਲੇਸ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਦਰਸ਼ਕ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਇਨਫੈਕਟ ਕਾਲ ਜਿਹੜੀ ਹੈ ਸ਼ਾਇਦ ਡਰੋਪ ਹੋ ਗਈ, ਦੇਖਦੇ ਹਾਂ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਜੀ ਮੇਜਰ ਸਿੰਘ ਬੋਲਦਾ ਜੀ ਟੋਰਾਂਟੋ ਤੋਂ। ਹਾਂਜੀ ਹਾਂਜੀ ਮੇਜਰ ਸਿੰਘ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਬਸ ਭਾਅ ਜੀ ਇਹੀ ਕਹਿਣਾ ਵੀ ਕੇਜਰੀਵਾਲ ਇਜ਼ ਅ ਗ੍ਰੇਟ ਮੈਨ, ਪਰ ਜਿਹੜੇ ਆਪਣੇ ਲੋਕ ਕਹਿੰਦੇ ਆ ਨਾ ਵੀ ਇਹ ਹਮਕੋ ਤੁਮਕੋ ਵਾਰ, ਤੇ ਪਹਿਲਾਂ ਇਹ ਆਪਣੇ ਪੰਜਾਬੀ ਕਿੱਥੇ ਸੀਗੇ ਜੀ? ਆਪਣੇ ਪੰਜਾਬੀਆਂ ਨੇ ਕਿੰਨੀ ਪਹਿਲਾਂ ਮੱਲਾਂ ਮਾਰਦੀਆਂ। ਸੋ ਤੁਹਾਡਾ ਵੀ ਕਹਿਣਾ ਮੇਜਰ ਸਿੰਘ ਜੀ ਕਿ ਕੇਜਰੀਵਾਲ ਇਜ਼ ਅ ਗ੍ਰੇਟ ਮੈਨ ਔਰ ਉਹਨਾਂ ਨੂੰ ਹੀ ਮਦਦ, ਉਹਨਾਂ ਦੀ ਮਦਦ ਪੂਰੀ ਕਰਨੀ ਚਾਹੀਦੀ ਹੈ, ਉਹਨਾਂ ਦੇ ਨਾਲ ਜੁੜਨਾ ਚਾਹੀਦਾ ਵਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਬਾਹਰ ਨਿਕਲ ਗਏ ਉਹਨਾਂ ਦਾ ਨੁਕਸਾਨ ਹੋਊਗਾ? ਨਹੀਂ ਨੁਕਸਾਨ ਦੀ ਗੱਲ ਭਾਜੀ ਗੱਲ ਇਹ ਨਹੀਂ, ਦੇਖੋ ਮੇਰੀ ਗੱਲ ਸੁਣ, ਜਿਹੜਾ ਬੰਦਾ ਹੈਗਾ ਇਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਇਹਨੂੰ ਨਾਲ ਲੈ ਕੇ ਚੱਲਣਾ, ਜਿਹੜਾ ਬੰਦਾ ਨਾਲ ਚੱਲਣ ਨੂੰ ਤਿਆਰ ਨਹੀਂ ਹੈਗਾ ਉਹਨੂੰ ਕਿੱਦਾਂ ਨਾਲ ਤੋਰੋਗੇ ਤੁਸੀਂ? ਜਿਹੜਾ ਬੰਦਾ ਨਾਲ ਚੱਲਣ ਨੂੰ ਤਿਆਰ ਨਹੀਂ ਹੈਗਾ ਉਹਨੂੰ ਕਿਵੇਂ ਨਾਲ ਲਿਜਾਇਆ ਜਾ ਸਕੇ? ਇਹ ਮੇਜਰ ਸਿੰਘ ਹੁਣਾਂ ਦਾ ਖਿਆਲ ਆ। ਇਹ ਜ਼ਾਹਿਰ ਹੈ ਕਿ ਇਹ ਸਾਰੇ ਲੀਡਰਾਂ 'ਚ ਏਕਤਾ ਲਿਆਉਣ ਦੀ ਲੋੜ ਆ। ਵੈਸੇ ਕਾਫੀ ਲੋਕ ਇਹ ਕਹਿ ਰਹੇ ਆ ਕਿ ਜੇ ਏਕਤਾ ਨਾ ਵੀ ਹੋਈ ਫਿਰ ਵੀ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਉਹਨਾਂ ਨੂੰ ਹੀ ਵੋਟ ਪਊਗੀ। ਵੈਸੇ ਜੋ ਇਸ ਵੇਲੇ ਹਾਲਤ ਹੋ ਰਹੀ ਆ ਉੱਥੋਂ ਲੱਗਦਾ ਵਾ ਕਿ ਮਿਸ਼ਨ 2017 ਜਿਹੜਾ ਵਾ ਉਹਦਾ ਟੀਚਾ ਜਿਹੜਾ ਵਾ, ਜੇ ਇਹ ਸਾਰੇ ਇਕੱਠੇ ਨਾ ਹੋਏ ਤਾਂ ਉਹ ਟੀਚਾ ਜਿਹੜਾ ਹਕੀਕਤ 'ਚ ਹੋ ਸਕਦਾ ਵਾ ਵੀ ਉਹ ਨਾ ਬਦਲ ਸਕੇ। ਹੁਣ ਸਮਾਂ ਖਤਮ ਹੋ ਰਿਹਾ, ਆਪਾਂ ਕੱਲ੍ਹ ਗੱਲ ਕਰਾਂਗੇ ਭਾਰਤ ਪਾਕਿਸਤਾਨ ਸੰਬੰਧਾਂ ਦੀ। ਇਸ ਵੇਲੇ ਇਸ ਸਾਲ 1965 ਜੰਗ ਦੀ 50ਵੀਂ ਵਰੇਗੰਢ, ਜਿਵੇਂ ਇੱਕ ਸਾਡੇ ਕਾਲਰ ਨੇ ਇਹਦੇ ਬਾਰੇ ਗੱਲ ਵੀ ਕੀਤੀ ਆ। ਇਸ ਮੌਕੇ 'ਤੇ ਦੋਵਾਂ ਮੁਲਕਾਂ ਵੱਲੋਂ ਖੂਬ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਅਤੇ ਜੰਗ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਵਾ। ਕੀ ਇਹਨਾਂ ਦੋਵਾਂ ਮੁਲਕਾਂ ਦੀਆਂ ਪ੍ਰੋਬਲਮਸ ਦਾ ਹੱਲ ਜੰਗ ਹੈ? ਇਸ ਬਾਰੇ ਆਪਾਂ ਕੱਲ੍ਹ ਗੱਲ ਕਰਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।